ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਨਾਮ ਛਿੜਿ ਵਾਹੀ ਗੁਰੂ ਸਾਈਂ ਜੀਉ ਅਖੰਡ ਜੋਰ ਚ ਬੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋੜਨਾ ਜੀਵਨ ਮਰਨ ਦਾ ਜੋਰ ਜੋਰ ਨਾਲ ਰਾਜ ਮਾਲ ਮਨ ਸੋਲ ਜੋਰ ਨਾਲ ਛੁਟਤੀ ਗਿਆਨ ਵਿਚਾਰ ਜੋਰ ਨਾਲ ਜੁਕਤੀ ਛੁਟੇ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਸਤਸੰਗਿਓ ਆਗਮ ਵਾਲਿਓ ਜੋ ਆਪਣੇ ਬਖਸ਼ੇ ਹੋਇਸ ਵਸਾ ਨੂੰ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਦੇ ਹੋ ਹਰ ਜਸ ਨੂੰ ਸੁਣਦੇ ਹੋ ਹਰ ਜਸ ਨਾਲ ਜੁੜਦੇ ਹੋ ਅਸਲ ਵਿੱਚ ਇਹੋ ਹੀ ਘੜੀਆਂ ਲਾਹੇਵੰਦਨ ਜਿਹੜੀਆਂ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰੀ ਜਾਣ ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਕੀਰਤਨ ਸਰਵਣ ਕਰੇ ਸੋ ਉਪਰੰਤ ਆਪ ਜੀ ਨੇ ਤਨ ਤਨ ਸ਼ਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਮ ਰਚਨਾਵਾਂ ਵਿੱਚੋਂ ਇੱਕ ਰਚਨਾ ਜਿਸ ਨੂੰ ਗੁਰਗੰਗ ਸਾਹਿਬ ਦੇ ਵਿੱਚ ਸਭ ਤੋਂ ਅਵਰੇਂ ਸਥਾਨ ਪ੍ਰਾਪਤ ਹੈ ਉਸ ਬਾਣੀ ਦਾ ਤਿੱਤ ਵੀ ਪੋੜੀ ਦਾ ਪਾਠ ਸਰਵਣ ਕੀਤਾ ਹੈ ਪਿਛਲੀ ਵਾਰੀ ਵਿਚਾਰ ਆਪ ਜੀ ਨਾਲ ਸਾਂਝੀ ਕਰਕੇ ਗਏ ਸਾਂ ਮੜ ਕੇ ਅੱਜ ਆਪ ਜੀ ਨਾਲ ਫਿਰ ਉਸ ਕਾਲ ਕੋ ਰਖਨੇ ਬਖਸ਼ਿਸ਼ ਕੀਤੀ ਆਪ ਜੀ ਨਾਲ ਵਿਚਾਰ ਸਾਂਝੀ ਕਰਨ ਦਾ ਮੌਕਾ ਪ੍ਰਾਪਤ ਹੋਇਆ ਗੁਰੂ ਸਾਹਿਬ ਜੀ ਦੀਆਂ ਕਿਸੇ ਨਾ ਸੀ ਗੁਰਗੰਗ ਸਾਹਿਬ ਜੀ ਬਾਣੀ ਨੂੰ ਪੜ੍ਹੀਏ ਤੇ ਗੁਰੂ ਸਾਹਿਬ ਜੀ ਸਾਨੂੰ ਜੋ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਉਹਨਾਂ ਵਿੱਚ ਸਭ ਤੋਂ ਉੱਤਮ ਜੋ ਗੱਲ ਸਮਝਾਈ ਜਾਂਦੀ ਹੈ ਉਹ ਉਤੋਂ ਵਿਚਾਰ ਹੁੰਦੀ ਹੈ ਕਿਸ ਸੰਸਾਰ ਦੀ ਇਸ ਰਚੀ ਹੋਈ ਰਚਨਾ ਵਿੱਚ ਉਸ ਮਾਲਕ ਪ੍ਰਭੂ ਦੀ ਆਪਣੀ ਕਲਾ ਵਰਤਦੀ ਹੈ ਉਹ ਇਸ ਸੰਸਾਰ ਦੀ ਰਚਨਾ ਨੂੰ ਚਲਾਉਣ ਵਾਲਾ ਇਸ ਸੰਸਾਰ ਦੀ ਰਚਨਾ ਨੂੰ ਸੁਭਾਲਣ ਵਾਲਾ ਇਸ ਸੰਸਾਰ ਦੇ ਕਰਤਾ ਉਹ ਅਕਾਲ ਪੁਰਖ ਆਪ ਹੈ ਉਸੇ ਦੀ ਕਲਾ ਵਰਤਦੀ ਹੈ ਸਾਰੇ ਇਸ ਬ੍ਰਹਮੰਡ ਦੇ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਇਸ ਵਿਚਾਰ ਨਾਲ ਜੁੜੀਏ ਜੋ ਗੁਰੂ ਘਰ ਦੇ ਕੀਰਤਨ ਹੈ ਆਪ ਜੀ ਨਾਲ ਸ਼ਬਦ ਸਾਂਝਾ ਕਰਕੇ ਗਏ ਅੱਜ ਦੇ ਦਿਨ ਦੇ ਵਿੱਚ ਖਾਸ ਕਰਕੇ ਆਪ ਸਾਰੇ ਸੂਝਵਾਨ ਸੱਜਣ ਹੁੰਦੇ ਹੋ ਬੜੇ سارے ਚੈਨਲਾਂ ਤੇ ਬੜੇ سارے ਟੀਵੀ ਮਾਧਿਅਮਾਂ ਰਾਹੀਂ ਇਸ ਸ਼ਬਦ ਦਾ ਕੀਰਤਨ ਸਰਵਣ ਕਰੋਗੇ ਭਾਈ ਗੁਰਦਾਸ ਜੀ ਇਹ 19ਵਾਂ ਦੀ 6ਵੀਂ ਪੋੜੀ ਹੈ ਭਾਈ ਗੁਰਦਾਸ ਜੀ ਨੇ ਜਿਹੜੇ ਅਸੀਂ ਗੁਰਗੰਨ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਉਹਦੇ ਵਿੱਚ ਬਹੁਤ سارے ਸ਼ਬਦ ਸਾਨੂੰ ਰਿਹਾਉ ਵਾਲੇ ਮਿਲਦੇ ਹਨ ਕੁਝ ਕੈਸੇ ਵੀ ਮਿਲਦੇ ਹਨ ਜਿਨ੍ਹਾਂ ਵਿੱਚ ਰਿਹਾਉ ਦਾ ਬੰਦ ਨਹੀਂ ਹੁੰਦਾ ਇੱਕ ਟੈਕਨੀਕ ਵਰਤੀ ਗਈ ਇੱਕ ਤਰੀਕਾਕਾਰ ਵਰਤਿਆ ਗਿਆ ਰਿਹਾਉ ਦੇ ਬੰਦੇ ਇਰਤ ਗਿਰ ਦੀ ਸਮੂਚਾ ਸ਼ਬਦ ਹੁੰਦਾ ਜਿਹੜੀ ਗੱਲ ਗੁਰਗੰਨ ਸਾਹਿਬ ਦੀ ਬਾਣੀ ਰਾਈ ਸਾਨੂੰ ਸਮਝਾਈ ਜਾਂਦੀ ਹੈ ਰਿਹਾਉ ਦੇ ਇਰਤ ਗਿਰ ਸਾਰੀਆਂ ਉਦਾਹਰਨਾਂ ਦੇ ਕੇ ਉਸ ਗੱਲ ਨੂੰ ਸਮਝਾਇਆ ਜਾਂਦਾ ਹੈ ਪੂਰੇ ਵਿਸਤਾਰ ਨਾਲ ਖੋਲਿਆ ਜਾਂਦਾ ਕਥਾ ਵਚਕਾ ਨੂੰ ਵੀ ਲੈਕਚਰ ਕਰਨ ਵਾਲਿਆਂ ਨੂੰ ਵੀ ਇੱਕ ਹਦਾਇਤ ਹੁੰਦੀ ਹੈ ਮਰਯਾਦਾ ਅਨੁਸਾਰ ਕਿ ਕੀਰਤਨੀਆਂ ਵੀ ਉਸੇ ਹੀ ਬੰਦ ਨੂੰ ਰਹਾਉ ਦੇ ਬੰਦ ਤੋਂ ਹੀ ਆਪਣੇ ਸ਼ਬਦ ਦੀ ਸ਼ੁਰੂਆਤ ਕਰਨ ਤਾਂ ਕਿ ਸੋਧ ਕੇ ਤਰੀਕੇ ਨਾਲ ਸੰਗਤ ਨੂੰ ਗੱਲ ਸਮਝ ਆ ਜਾਵੇ ਜੇ ਸੀ ਰਹਾਉ ਦੇ ਬੰਦ ਤੋਂ ਨਾ ਪੜੀਏ ਕਿਸੇ ਮਨਮਰਜ਼ੀ ਨਾਲ ਆਪਣਾ ਪੜ ਲਈਏ ਕੋਈ ਜਾਣਕਾਰ ਤਾਂ ਭਾਵੇਂ ਸਮਝ ਜਾਂਦਾ ਹੈ ਕਿ ਰਹਾਉ ਦਾ ਬੰਦ ਦੇਵੇ ਤੇ ਗੁਰੂ ਸਾਹਿਬ ਇਹ ਗੱਲ ਸਮਝਾਣ ਲੱਗੇ ਹਨ ਤੇ ਕਈ ਮੇਰੇ ਵਰਗੇ ਭੁਲੇਖਾ ਵੀ ਖਾ ਜਾਂਦੇ ਹਨ ਕਿ ਜੇ ਹੋਰ ਗੱਲ ਨੂੰ ਸਮਝ ਆਉਂਦੇ ਆ ਜੋ ਪੋੜੀ ਜੋ ਵਾਰ ਕਿਸ ਪੋੜੀ ਦਾ ਕੀਰਤਨ ਆਪ ਜੀ ਨੇ ਭਾਈ ਸਾਹਿਬ પાસે ਸਰਵਣ ਕੀਤਾ ਅੱਜ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਰਵਣ ਕੀਤਾ ਹੋਵੇ ਅਰਦਾਸੀ ਸਿੰਘ ਨੇ ਵੀ ਇਹੋ ਪੰਕਤੀ ਪੜ੍ਹ ਕੇ ਉੱਥੇ ਅਰਦਾਸ ਕੀਤੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਂ ਅੱਜ ਦਾ ਇਹ ਪਾਵਨ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨਾਲ ਵੀ ਜੁੜਿਆ ਹੈ ਸਿੱਖ ਧਰਮ ਗੁਰੂ ਸਖਸ਼ੀਤਾ ਨਾਲ ਜੁੜੇ ਹੋਏ ਹਰ ਇੱਕ ਦਿਨਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ ਬੜਾ ਬੜ ਚੜ ਕੇ ਮਨਾਉਂਦਾ ਹੈ ਔਰ ਜੋ ਅਸੀਂ ਕਸ਼ਮੀਰ ਨਾਲ ਜੁੜੇ ਲੋਕ ਹੁੰਦੇ ਆ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪ੍ਰਚਾਰਕ ਦੌਰਿਆਂ ਵਿੱਚ ਕਸ਼ਮੀਰ ਦਾ ਦੌਰਾ ਵੀ ਕੀਤਾ ਬਹੁਤ ਸਾਰੇ ਇੱਥੇ ਆਸਿਕਸਤਾਨ ਗੁਰੂ ਸਾਹਿਬ ਦੇ ਨਾਮ ਨਾਲ ਜੁੜ ਕੇ ਕਸ਼ਮੀਰ ਵਿੱਚ ਬਹੁਤ ਸਾਰੇ ਹਨ ਜਿਤਨਾ ਚਰ ਅਰਦਾਸ ਕਸ਼ਮੀਰ ਵਿੱਚ ਆਪਣੀ ਪੋਸਟਿੰਗ ਕਰਾਉਣ ਰਿਹਾ ਇਹ ਗੱਲ ਦੇਖੀ ਗਈ ਹੈ ਕਿ ਬੜੇ ਚਾਹ ਪਾਰਾਂ ਵਾਲਾ ਸੀ ਨਾ ਦਿਨਾਂ ਨੂੰ ਉੱਥੇ ਮਨਾਉਂਦੇ ਆ। ਹੋ ਸਕਦਾ ਜੰਮੂ ਵਿੱਚ ਕਿਤੇ ਤੋਂ ਅਸੀਂ ਘੱਟ ਫਤਰ ਤੇ ਮਨਾਉਂਦੇ ਹੋਈਏ। ਪਰ ਕਸ਼ਮੀਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਿਨਾਂ ਨਾਲ ਜੁੜੇ ਹੋਏ ਦਿਨਾਂ ਨੂੰ ਬੜੇ ਚਾਣ ਨਾਲ ਮਨਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਪੋੜੀ ਵਿੱਚ ਜੋ ਗੱਲ ਸਾਨੂੰ ਸਮਝਾਈ ਉਹਨਾਂ ਨੇ ਵੀ ਤਕਨੀਕ ਵਰਤੀ। ਜੋ ਗੁਰਗੰਨ ਸਾਹਿਬ ਦੀ ਤਕਨੀਕ ਸੀ ਉਸੇ ਹੀ ਤਕਨੀਕ ਨੂੰ ਭਾਈ ਗੁਰਦਾਸ ਜੀ ਨੇ ਵੀ ਵਰਤਿਆ। ਪਹਿਲੇ ਉਦਾਹਰਣਾਂ ਦਿੱਤੀਆਂ। ਉਦਾਹਰਣਾਂ ਦੇ ਕੇ ਅਖੀਰ ਦੇ ਵਿੱਚ ਜੋ ਗੁਰਮਤ ਦਾ ਸੰਦੇਸ਼ ਇਹੋ ਦਿੱਤਾ ਗਿਆ ਗੁਰਮਤ ਦਾ ਸੰਦੇਸ਼ ਇਹਦੇ ਵਿੱਚ ਪਹਿਲੀਆ ਉਧਾਰਨਾ ਅਗਰ ਪੜ੍ਹੀਏ ਜਿਤੀਆਂ ਵੀ ਉਧਾਰਨਾ ਆਈਆਂ ਦੀਵਾਲੀ ਕੀ ਰਾਤ ਦੀਵੇ ਬਾਲੀਐ ਕਿ ਭਾਈ ਦੀਵਾਲੀ ਦੀ ਰਾਤ ਨੂੰ ਦੀਵੇ ਬਲਦੇ ਹੋ ਤੇ ਹੁੰਦਾ ਕੀ ਹੈ ਜੀ ਦੀਵੇ ਵਿੱਚ ਤੇਲ ਖਤਮ ਤੇ ਦੀਵਾ ਬੰਦ ਥੋੜੀ ਤੇਲ ਕੋਈ ਹਮੇਸ਼ਾ ਪਿਆਰੇਗਾ ਦੀਵਾ ਬਲਦਾ ਹੀ ਰਹੇਗਾ ਹੁਣ ਭਾਈ ਗੁਰਦਾਸ ਜੀ ਨੇ ਕਿਸ ਨਾਲ ਜੋੜ ਕੇ ਗੱਲ ਦੱਸੀ ਦੂਜੀ ਦਿੱਤੀ ਉਹਨਾਂ ਨੇ ਇੱਕ ਉਧਾਰ ਹੋਰ ਤਾਰੇ ਜਰਤ ਨਾਲ ਅੰਬਰ ਭਾਲੀਨ ਰਾਤ ਨੂੰ ਸੂਰਜ ਡੁੱਬਦਾ ਹੈ ਤੇ ਅਸੀਂ ਦੇਖਦੇ ਹਾਂ ਅਸਮਾਨ ਤੇ ਕਿਤਨੇ ਤਾਰੇ ਚਮਕਦੇ ਹਨ ਹਨਾ ਕਿਤਨੇ ਤਾਰੇ ਚੋਂ ਥੋੜੀ ਨਾਲ ਦੀ ਕੋਈ ਸੋਚ ਆਨ ਕਰਦਾ ਹੋਣਾ ਹੈ ਉਹ ਰਾਤ ਨੂੰ ਵੀ ਬਲਦੇ ਹੁੰਦੇ ਨੇ ਵੀ ਬਲਦੇ ਨੇ ਪਰ ਜਿਵੇਂ ਹੀ ਸਵੇਰੇ ਸੂਰਜ ਚੜ੍ਹਦਾ ਤਾਰੇ نظر ਨਹੀਂ ਆਉਂਦੇ ਪਰ ਇਹਨਾਂ ਦੀ ਸੋਚ ਨਹੀਂ ਕਿਸੇ ਨੇ ਬੰਦ ਕੀਤੀ ਹੁਣ ਦੀਵੇ ਵਿੱਚ ਤਾਂ ਤੇਲ ਪਿਆ ਹੈ ਖਤਮ ਹੋਏਗਾ ਦੀਵਾ ਬੰਦ ਹੋ ਜਾਏਗਾ ਪਰ ਤਾਰੇ ਦੀ ਸੋਚ ਕਿਸੇ ਨੇ ਬੰਦ ਨਹੀਂ ਕੀਤੀ ਪਰ ਜਿਸ ਵੇਲੇ ਸੂਰਜ ਦੀ ਰੋਸ਼ਨੀ ਆਈ ਪ੍ਰਕਾਸ਼ ਆਇਆ ਤੇ ਤਾਰੇ ਸਾਰੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਸਵੇਰ ਨੂੰ ਨਜ਼ਰ ਨਹੀਂ ਆਉਂਦੇ ਥੋੜੇ ਚਿਰ ਆ ਰਾਤ ਰਾਤ ਵੀ ਚੱਲਣਗੇ ਐਵੇਂ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਸਾਹਮਣੇ ਦਿੱਤੀ ਫੁੱਲਾਂ ਕੀ ਬਾਗਾਂ ਚੁੰਨ ਚੁੰਨ ਚਾਲੀਆਂ ਫੁੱਲ ਕਿਦੇ ਖੜੇ ਹੁੰਦੇ ਨੇ ਅਸੀਂ ਜਾਣਦੇ ਹਾਂ ਉਹਨਾਂ ਫੁੱਲਾਂ ਨੂੰ ਤੋੜਦੇ ਆ ਖੜੇ ਹੋਏ ਫੁੱਲਾਂ ਨੂੰ ਮਰਜਾਈ ਫੁੱਲਾਂ ਨੂੰ ਕੌਣ ਤੋੜਦਾ ਹੈ ਖੜੇ ਫੁੱਲਾਂ ਨੂੰ ਲੋਕ ਤੋੜ ਲੈਂਦੇ ਨੇ ਤੋੜ ਕੇ ਹਾਰ ਬਣਾ ਲੈਂਦੇ ਨੇ ਸੁਗੰਧੀ ਲੈਂਦੇ ਨੇ ਉਹਨਾਂ 'ਚ ਮਕਰੰਦ ਹੁੰਦੀ ਏ ਸੁਗੰਧ ਲੈ ਲੈਂਦੇ ਆਂ ਪਰ ਕਿਤਨੀ ਦੇਰ ਥੋੜੀ ਜਿਹੀ ਰਹਿ ਜਾਂਦਾ ਜਾਂ ਤਾਂ ਉਹਨਾਂ ਫੁਲਾ ਨੂੰ ਕੋਈ ਤੋੜ ਲੈਂਦਾ ਏ ਜਾਂ ਨਹੀਂ ਤੋੜਦਾ ਤੇ ਆਪੇ ਮਰ ਜਾ ਜਾਂਦੇ ਨੇ ਆਪਣੀ ਉਮਰ ਨਾਲ ਥੋੜੀ ਜਿਹੀ ਬਾਅਦ ਥਲੇ ਡਿੱਗ ਜਾਣਗੇ ਭਾਈ ਗੁਰਦਾਸ ਜੀ ਨੇ ਇਹ ਉਧਾਰਨ ਦਿੱਤੀ ਉਧਾਰਨ ਕਿਸ ਨਾਲ ਜੁੜੀਆਂ ਮਨੁੱਖ ਦੇ ਜੀਵਨ ਨਾਲ ਫਿਰ ਉਸ ਤੋਂ ਬਾਅਦ ਇੱਕ ਹੋਰ ਭਾਈ ਗੁਰਦਾਸ ਜੀ ਨੇ ਉਧਾਰਨ ਦਿੱਤੀ ਹੈ ਤੀਰਥ ਜਾਤੀ ਜਾਤ ਨੈਨਿਹਾਲੀ ਗਏ ਜਾਂਦੇ ਹਨ ਕਿਤੇ ਗੁਰਪੁਰਪੁਰਬ ਹੁੰਦਾ ਹੈ ਕਿਤੇ ਤੀਰਸਤਾਂ ਦੇ ਲੋਕ ਜਾਂਦੇ ਹਨ ਤੁਸੀਂ ਦੇਖੋ ਕੁੰਭ ਦਾ ਮੇਲਾ ਲੱਗਦਾ ਹੈ ਗੰਗਾ ਲੋਕ ਨਹਾਣ ਜਾਂਦੇ ਹਨ ਕਿੰਨੀ ਦੁਨੀਆ ਇਕੱਠੀ ਹੁੰਦੀ ਹੈ ਸਰਕਾਰ ਇੰਜ਼ਾਮ ਵੀ ਕਰਦੀ ਹੈ ਬੜੇ ਅਸੀਂ ਅੱਖਾਂ ਨੂੰ ਦੇਖ ਕੇ ਨੈਨਿਹਾਲੀ ਬੜੇ ਖੁਸ਼ ਹੁੰਦੇ ਆ ਬੜੀ ਦੁਨੀਆ ਇਕੱਠੀ ਹੈ ਜੀ ਬੜੀ ਦੁਨੀਆ ਇਕੱਠੀ ਹੈ ਤੇ ਹੁੰਦਾ ਕੀ ਹੈ ਜਿਸ ਵੇਲੇ ਤੀਰਥ ਯਾਤਰੀ ਗਏ ਉਹ ਮੇਲਾ ਖਤਮ ਹੋਇਆ ਉਥੇ ਕੋਈ ਆਦਮੀ ਨਹੀਂ ਹੁੰਦਾ ਬਸ ਚਾਰ ਇੱਕ ਪ੍ਰਬੰਧਕ ਰਹਿ ਜਾਂਦੇ ਹਨ ਬਾਕੀ ਕੁਝ ਨਹੀਂ ਹੁੰਦਾ ਅਸੀਂ ਇਹ ਦੇਖ ਲਓ ਪੰਜਾਬ ਵਿੱਚ ਬੜਾ ਰਿਵਾਜ ਹੈ ਮੱਸੀਆ-ਮੁਸੀਆ ਨਹਾਣ ਦਾ ਤੇ ਲੋਕੀ ਜਾਂਦੇ ਨੇ ਮੱਸੀਆ ਤੇ ਉਹਨਾਂ ਗੁਰਦੁਆਰਿਆਂ ਵਿੱਚ ਉਹਨਾਂ ਸਰੋਵਰਾਂ ਵਿੱਚ ਜਿਨ੍ਹਾਂ ਵਿੱਚ ਕਦੀ ਕੋਈ ਪਾਠ ਕਰਨ ਵਾਲਾ ਵੀ ਨਹੀਂ ਹੁੰਦਾ ਪਰ ਜਿਸ ਨੂੰ ਮੱਸੀਆ-ਮੁਸੀਆ ਲੱਗਦੀ ਹੈ ਲੋਕੀ ਬੜਿਆ ਜਾਂਦੇ ਨੇ ਸਾਡੇ ਵਿੱਚੇ ਰਿਵਾਜ ਜਿਹਾ ਸੀ WhatsApp ਬੜੇ ਜਾਂਦੇ ਆ ਹੈਨਾ ਬੱਸਾਂ ਆ ਗਈਆਂ ਚੜੇ ਅਸੀਂ ਚੜ ਗਏ ਜਾ ਕੇ ਦੇਖਦੇ ਹਾਂ ਕਦੀ ਵੈਸੇ ਜਾ ਕੇ ਦੇਖਿਓ ਤੇ WhatsApp ਵਿੱਚ ਕੀ ਹੈ ਚਾਰ ਇੱਕ ਪ੍ਰਬੰਧਕ ਹੁੰਦੇ ਨੇ ਜਿਹਨਾਂ ਦੀ ਲੋਕੀ ਲੱਗੀ ਹੁੰਦੀ ਹੈ ਬਾਕੀ ਲੋਕੋ ਜੀ ਨਹੀਂ ਹੁੰਦੇ ਗ੍ਰਾਮ ਦੇ ਲੋਕ ਵੀ ਨਹੀਂ ਆਉਂਦੇ ਹੋਗੇ ਭਾਈ ਗੁਰਦਾਸ ਜੀ ਨੇ ਇਹ ਦੌਰਨ ਦੇ ਕੇ ਸਾਨੂੰ ਵੀ ਇਹ ਗੱਲ ਸਮਝਾਈ ਹ ਹਰ ਚੰਦੋਰੀ ਚਾਤ ਵਸਾਇਓ ਚਾਰੀਆਂ ਹਰ ਚੰਦੋਰੀ ਕਹਿੰਦੇ ਨੇ ਇੱਕ ਬਰਾਵਟੀ ਬਣੇ ਹੋਏ ਦੇਸ਼ ਨੂੰ ਹੈ ਨਾ ਦੇਖਦੇ ਆਂ ਅਸੀਂ ਕਿੰਨੀ ਵਾਰੀ ਬਦਲਾਜ ਹਰ ਚੰਦੋਰੀ ਬਣਦੀ ਹੈ ਇਸ ਤਰ੍ਹਾਂ ਲੱਗਦਾ ਕਿ ਜੇ ਕੋਈ ਨਗਰ ਵਸਦਾ ਹੋਣਾ ਪਰ ਉਹ ਕੇਵਲ ਤਾਂ ਕੇਵਲ ਅੱਖਾਂ ਦਾ ਭੁਲੇਖਾ ਹੁੰਦਾ ਜੋ ਅਖੀਰਲੀ ਬਣਦੀ ਹੈ ਉਸ ਪੰਕਤੀ ਵਿੱਚ ਭਾਈ ਗੁਰਦਾਸ ਜੀ ਨੇ ਗੱਲ ਸਮਝਾਈ ਹੈ ਜੋ ਗੁਰਮਤ ਦਾ ਸੰਦੇਸ਼ ਹੈ ਗੁਰਮੁਖ ਸੁਖਵਲ ਦਾ ਸ਼ਬਦ ਸੁਮਾਲੀ ਜਦੋਂ ਮੁਖ ਗੁਰੂ ਵੱਲ ਹੋਵੇ ਸ਼ਬਦ ਨਾਲ ਜੁੜਿਆ ਹੋਵੇ ਉਦੋਂ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਬਾਕੀ ਜਿਹੜੀਆਂ ਜਿਤਨੀਆਂ ਉਦਾਹਰਣਾਂ ਉੱਪਰ ਆਈਆਂ ਇਹ ਥੋੜੇ ਚਿਰੀਆਂ ਥੋੜੇ ਟਾਈਮ ਲਈ ਹੈ ਫੁੱਲਾਂ ਦੀ ਸੁਗੰਧ ਲੈ ਲੋਗੇ ਥੋੜੀ ਦੇਰ ਲਈ ਹਰ ਚੰਦੋਰੀ ਦੇਖ ਲੋਗੇ ਥੋੜੀ ਦੇਰ ਲਈ ਤੀਰਥ ਤੇ ਚਲੇ ਜਾਓਗੇ ਉੱਥੇ ਅੱਖਾਂ ਦੀ ਬੜੀ ਸੰਤੁਸ਼ਟੀ ਹੁੰਦੀ ਹੈ ਲੋਕਾਂ ਨੂੰ ਦੇਖ ਕੇ ਵੀ ਥੋੜੀ ਦੇਰ ਲਈ ਜੀਵੇ ਦੀ ਰਾਤ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ ਲੀਏ ਥੋੜੀ ਦੇਰ ਲਈ ਬੜੀ ਥੋੜੀ ਦੇਰ ਲਈ ਤੇਰੀਆਂ ਅੱਖਾਂ ਦੇਖ ਕੇ ਬੜੀਆਂ ਖੁਸ਼ ਹੁੰਦੀਆਂ ਨੇ ਬੜੇ ਸੋਹਣੇ ਦੀਵੇ ਬਲ ਰਹੇ ਜੀ ਟਿਮਟਮਾਦੀਆਂ ਰੋਸ਼niयां ਬਲ ਰਹੀਆਂ ਨੇ ਬੜਾ ਕੁਝ ਬਲ ਰਿਹਾ ਪਰ ਥੋੜਾ ਚਿਰ ਲੰਬੇ ਚਿਰ ਲਈ ਕੀ ਹੈ ਜੋ ਜੀਵਨ ਵਿੱਚ ਸਫਲ ਕਰਨ ਵਾਲਾ ਹੈ ਜੋ ਜੀਵਨ ਨੂੰ ਕਿਸੇ ਪਾਰ ਉਤਾਰਨ ਪਾਰ ਲਗਾਉਣ ਵਾਲਾ ਹੈ ਉਹ ਕੀ ਹੈ ਉਹ ਗੁਰਮੁਖ ਸੁਖਫਲਦਾਇ ਸ਼ਬਦ ਸੰਮਾਲੀ ਜੇ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਜੋੜਦਾ ਹੈ ਗੁਰੂ ਦਾ ਸ਼ਬਦ ਕੀ ਹੈ ਗੁਰੂ ਦਾ ਸੰਦੇਸ਼ ਗੁਰੂ ਦਾ ਉਪਦੇਸ਼ ਤੇ ਕਰਨਾ ਕੀ ਹੈ ਉਹ ਸ਼ਬਦ ਨੂੰ ਸੰਭਾਲ ਲੈ ਆਪਣੇ ਜੀਵਨ ਘਰ ਵਿੱਚ ਵਿਸਾਉਣਾ ਹੈ ਹੈ ਨਾ ਕਿਵੇਂ ਅਸੀਂ ਬੋਲਦੇ ਆ ਬਹੁਤ ਲੋਕ ਸਾਨੂੰ ਵੀ ਸਾਨੂੰ ਦੇ ਨਾ ਅਸੀਂ ਵੀ ਪਹਿਲੀ ਗੱਲ ਤੇ ਵੇ ਕਿ ਅਸੀਂ ਚੰਗੇ ਛੋਤੇ ਹੋਣੇ ਚਾਹੀਦੇ ਆ ਤਾਂ ਅਸੀਂ ਕੁਝ ਗੱਲ ਸਮਝ ਸਕਦੇ ਆ ਅਸੀਂ ਵੀ ਬੜਿਆਂ ਕੋਲ ਜਾਂਦੇ ਆ ਸੁਣਦੇ ਆ ਡਾਕਟਰ ਕੋਲ ਚਲੇ ਜਾਈਏ ਡਾਕਟਰ ਸਾਨੂੰ ਕੋਈ ਇਲਾਜ ਕਰਦਾ ਹੈ ਸਾਨੂੰ ਕੋਈ ਗੱਲ ਸਮਝਾਉਂਦਾ ਹੈ ਅਸੀਂ ਸੁਣਿਆ ਹੀ ਨਾ ਉਹਦੇ ਸ਼ਬਦ ਸੁਣਿਆ ਹੀ ਨਾ ਸਮਝ ਸਮਝ ਕੇ ਆਏਗੀ ਫੜੀ ਬਿਮਾਰੀ ਦੂਰ ਕਿਵੇਂ ਹੋਏਗੀ ਗੁਰੂ ਕੋ ਲਾ ਕੇ ਗੁਰੂ ਦੇ ਸਮਖਸ਼ ਹੋ ਕੇ ਗੁਰੂ ਵਿੱਚ ਬੈਠ ਕੇ ਗੁਰੂ ਸਾਡਾ ਪ੍ਰਤੱਖ ਹੋਵੇ ਤੇ ਅਸੀਂ ਗੁਰੂ ਦੇ ਸ਼ਬਦ ਨੂੰ ਸੁਮਾ ਲਈਏ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਈਏ ਗੁਰੂ ਦਾ ਸ਼ਬਦ ਸੁਣੀਏ ਸਰਵਣ ਕਰੀਏ ਸਰਵਣ ਕਰਕੇ ਕੰਨਾਂ ਨਾਲ ਹੀ ਸੁਣਦੇ ਆ ਫਿਰ ਕੀ ਕਰਦੇ ਆ ਸਭ ਤੋਂ ਵੱਡੀ ਅਗਰ ਉੱਤਮ ਕੋਈ ਜਗਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਕੀ ਕੀਤੀ ਹੈ ਉਹ ਕੀਤੀ ਹੈ ਇਸ ਸੰਸਾਰ ਵਿੱਚ ਰਹਿ ਕੇ ਉਸ ਗੁਰੂ ਦੇ ਸਮਖਸ਼ ਹੋ ਕੇ ਇਹ ਗੁਰੂ ਕੀ ਸੰਗਤ ਵਿੱਚ ਜੁੜਨਾ ਗੁਰੂ ਕੀ ਸੰਗਤ ਹੀ ਇੱਕ ਐਸਾ ਮਾਧਿਅਮ ਹੈ ਜਿੱਥੇ ਅਸੀਂ ਗੁਰੂ ਦੇ ਸ਼ਬਦ ਨੂੰ ਸੁਣ ਸਕਦੇ ਹਾਂ ਇੱਥੇ ਕੋਈ ਉੱਚਾ ਥੋੜੀ ਹੈ ਕੋਈ ਨੀਚੂ ਥੋੜੀ ਹੈ ਇੱਥੇ ਕੋਈ ਥੋੜੀ ਕੋ ਵੱਡਾ ਕੋਈ ਨੀਵਾ ਹੈ ਸਭ ਬਰਾਬਰਤਾ ਹੈ ਗੁਰੂ ਘਰ ਦਾ ਸਭ ਤੋਂ ਵੱਡਾ ਸੰਦੇਸ਼ ਹੈ ਕਿ ਹਰ ਇੱਕ ਇਕੁਐਲਿਟੀ ਲਾਫ ਇਕੁਐਲਿਟੀ ਪ੍ਰਵੇਲ ਕਰੇਗਾ ਹੈਨਾ ਕਦੇ ਅਸੀਂ ਦੇਖਦੇ ਹਾਂ ਲਾਫ ਫੋਰਸ ਹੁੰਦਾ ਹੈ ਕਦੇ ਅਸੀਂ ਦੇਖਦੇ ਹਾਂ ਜਾਤ ਪਾਤ ਦਾ ਸਬੰਧ ਹੁੰਦਾ ਹੈ ਕਦੇ ਅਸੀਂ ਦੇਖਦੇ ਹਾਂ ਵੱਡੇ ਆ ਵੀਰ ਨੰਦਰ ਜਾਂ ਦੀ ਜ਼ਿਆਦਾ ਆਜ਼ਾਦੀ ਤੇ ਗਰੀਬ ਨੂੰ ਨਹੀਂ ਹੈ ਪਰ ਗੁਰਨਾਨਦ ਦਾ ਘਾਰੇ ਕਿੱਸਾ ਹੈ ਜਿਸ ਨੇ ਇੱਕ ਗਲਤੀ ਕੀਤੀ ਹੈ ਕਿ ਇਥੇ ਬਰਾਬਰਤਾ ਦਾ ਹੋਵੇਗਾ ਕੋਈ ਵੀ ਲਿੰਗ ਕੋਈ ਵੀ ਜਾਤ ਕੋਈ ਵੀ ਮਜ਼ਹਬ ਕੋਈ ਵੀ ਸ਼ਕਲ ਸੁਰਤ ਆਦਮੀ ਸਾਡੇ ਕੋਲ ਆਵੇ ਸਾਡੇ ਵਿੱਚ ਬਰਾਬਰਤਾ ਦਾ ਰਹੇਗਾ ਤੇ ਕਰੇਗਾ ਕਿ ਆ ਕੇ ਇਥੇ ਇਥੇ ਗੁਰੂ ਕੇ ਸ਼ਬਦ ਨੂੰ ਸੁਮਾਲੇਗਾ ਗੁਰੂ ਕੇ ਸ਼ਬਦ ਨੂੰ ਸੁਣੇਗਾ ਗੁਰੂ ਕੇ ਸ਼ਬਦ ਨੂੰ ਆਪਣੇ ਅੰਦਰ ਵਸਾਏਗਾ ਤੇ ਫਿਰ ਕੀ ਹੁੰਦਾ ਫਿਰ ਸੁੱਖផល ਪ੍ਰਾਪਤ ਹੁੰਦੇ ਹਨ ਫਿਰ ਸੁੱਖਾਂ ਦੀ ਉਹ ਦਾਤ ਜਿਸ ਲਈ ਮਨੁੱਖ ਹਮੇਸ਼ਾ ਅਰਜੋਈ ਕਰਦਾ ਹੈ ਹਮੇਸ਼ਾ ਅਰਜੋਈ ਵੀ ਜੁੜਿਆ ਹੁੰਦਾ ਹੈ ਹਮੇਸ਼ਾ ਕੋਈ ਵੀ ਮਨੁੱਖ ਐਸਾ ਨਹੀਂ ਹੋਣਾ ਜਿਹੜਾ ਕਿਸੇ ਵੀ ਆਪਣੇ ਧਰਮ ਨੂੰ ਮੰਨਣ ਵਾਲਾ ਆਪਣੀ ਵਿਤ ਅਨੁਸਾਰ ਆਪਣੇ ਸੁੱਖ ਨਭਾਲਦਾ ਹੋਵੇ ਹਰ ਕੋਈ ਸੁੱਖ ਭਾਲਦਾ ਹੋਣ ਪਰ ਇਤੋਂ ਹੋ ਸਕਦਾ ਹੈ ਜੇ ਅਸੀਂ ਗੁਰੂ ਕੇ ਉਸ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਈਏ ਆਪਣੇ ਹਿਰਦੇ ਘਰ ਵਿੱਚ ਵਸਾ ਲਈਏ ਅੱਜ ਦੀ ਜੀ ਸਪੋੜੀ ਦਾ ਵਿਚਾਰ ਆਪ ਜੀ ਨਾਲ ਸਾਂਝੀ ਇਸੀ ਕਰਨੇ ਆ ਆਖਣ ਜੋਰ ਚੁਪੇ ਨਾ ਜੋਰ ਹੈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਗੱਲ ਸਮਝਾਈ ਪਈ ਉਹ ਮੈਂ ਬੋਲਦਾ ਪਿਆ ਤੇ ਮੇਰਾ ਜੋਰ ਥੋੜੀ ਹੈ ਕੋਈ ਜੋਰ ਹੁੰਦਾ ਹੈ ਇਖਤਿਆਰ ਤਾਨ ਮੇਰੇ ਕੋਲ ਪਾਵਰ ਇਹ ਕੋਈ ਪਾਵਰ ਮੇਰੀ ਥੋੜੀ ਹੈ ਇਹ ਪਾਵਰ ਮੈਨੂੰ ਸਕਲਪੁਰਖ ਨੇ ਬਖਸ਼ਿਸ਼ ਕੀਤੀ ਹੈ ਕਈ ਵਾਰੀ ਮਨੁੱਖ ਹੰਕਾਰ ਵਿੱਚ ਆਇਆ ਨਾ ਇਹ ਗੱਲਾਂ ਕਿਹਾ ਹੁੰਦਾ ਹੈ ਕਿ ਜੋ ਕੁਝ ਮੈਂ ਕਰ ਰਿਹਾ ਮੈਂ ਹੀ ਕਰ ਰਿਹਾ ਜੋ ਕੁਝ ਮੇਰੇ ਕੋਲ ਹੋ ਰਿਹਾ ਇਹ ਮੇਰੀ ਆਪਣੀ ਸਮਰੱਥਾ ਹੈ ਇਹ ਸਮਰੱਥਾ ਉਸ ਗੁਰੂ ਜੀ ਉਸ ਸਕਲਪੁਰਖ ਦੀ ਜਿਸ ਨੇ ਮੈਨੂੰ ਇਹ ਸਮਰੱਥਾ ਦਿੱਤੀ ਕਿ ਮੈਂ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਸਕਦਾ ਆਪ ਜੀ ਨਾਲ ਬੋਲ ਸਕਦਾ ਹਰ ਇੱਕ ਨੂੰ ਬੋਲਣ ਦੀ ਛੱਤੀ ਹਰ ਇੱਕ ਨੂੰ ਬੋਲਣ ਦੀ ਸਮਰੱਥਾ ਹਰ ਇੱਕ ਨੂੰ ਬੋਲਣ ਦਾ ਅਖਤਿਆਰ ਉਸ ਪ੍ਰਭੂ ਪਰਮਾਤਮਾ ਦੇ ਵਸ ਵਿੱਚ ਹੈ ਚੁੱਪੇ ਨਾ ਜੋੜ ਕੋਈ ਚੁੱਪ ਰਵੇ ਇਹ ਕਿਹੜਾ ਚੁੱਪ ਹੈ ਜਿਸ ਚੁੱਪ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀਆਂ ਪੁੜੀਆਂ ਵਿੱਚ ਵਿਚਾਰ ਕੀਤੀ ਹੋਈ ਹੈ ਬਾਰੋਂ ਬਾਰੋਂ ਅਸੀਂ ਚੁੱਪ ਕਰ ਜਾਈਏ ਅੰਦਰੋਂ ਸੁੱਡੀ ਚੁੱਪ ਹੋ ਜਾਂਦੇ ਹਾਂ ਹੈ ਨਾ ਕੋਈ ਸਾਨੂੰ ਕਹਿ ਦੇਵੇ ਭਾਈ ਬੋਲਿਓ ਨਾ ਅਸੀਂ ਅੰਦਰੋਂ ਸਾਡੇ ਕਿੰਨੇ ਵਿਚਾਰ ਚੱਲਦੇ ਹਨ ਵਿਕਲਪ ਤੇ ਸੰਕਲਪ ਅੰਦਰ ਚੱਲਦੇ ਹਨ ਇੱਕ ਮਿੰਟਾਂ ਵੀ ਸਾਡਾ ਕਬੀ ਜੀਲਾ ਉਪ ਚੜਤੇ ਕਬੀ ਜਾਏ ਪਿਆਲੇ ਸੰਗਤ ਚ ਬੈਠਾ ਹੋਇਆ ਮਨੁੱਖ ਸ਼ਰੀਰ ਕਰਕੇ ਬੈਠਾ ਹੁੰਦਾ ਹੈ ਮਨ ਕਰਕੇ ਨਹੀਂ ਬੈਠਾ ਹੁੰਦਾ ਮਨ ਪਤ ਨਹੀਂ ਕਿਤੇ ਗਿਆ ਹੁੰਦਾ ਅਸੀਂ ਕਈ ਲੋਕ ਐਸੇ ਹੋਣੇ ਆ ਜਿਨ੍ਹਾਂ ਨੂੰ ਭਾਵੇਂ ਫੋਰਨ ਜਾਂਦਾ ਮੌਕਾ ਨਹੀਂ ਮਿਲਿਆ ਹੋਣਾ ਵਿਲੈਟ ਜਾਂਦਾ ਮੌਕਾ ਨਹੀਂ ਮਿਲਿਆ ਹੋਣਾ ਕਦੀ ਬੱਚੇ ਗਏ ਹੋਣ ਨੇ ਕਿਸੇ ਨੂੰ ਵੀਜ਼ਾ ਲੱਗ ਗਿਆ ਹੋਣਾ ਹੈ ਲੱਗਣ ਵਾਲਾ ਹੋਣਾ ਪਰ ਮਨ ਕਰਕੇ ਅਸੀਂ ਕਈ ਵਾਰੀ ਗਏ ਹੁੰਦੇ ਆ ਮਨ ਕਰਕੇ ਅਸੀਂ ਬਹੁਤੀ ਵਾਰੀ ਸੇ ਗਏ ਹੁੰਦੇ ਆ ਕਿ ਐਸੇ ਥਾਨ ਹੁੰਦੇ ਆ ਜਿੱਥੇ ਜਿ ਸੁਣਿਆ ਹੁੰਦਾ ਪਰ ਮਨ ਕਰਕੇ ਗਏ ਹੁੰਦੇ ਆ ਕਿਉਂਕਿ ਸਾਡਾ ਮਨ ਚੁੱਪ ਕਰਕੇ ਨਹੀਂ ਬੈਠਦਾ ਇਹ ਚੁੱਪ ਕਰਕੇ ਕਿਸ ਵੇਲੇ ਬੈਠਦਾ ਹੈ ਜਿਸ ਵੇਲੇ ਪਰਮਾਤਮਾ ਦਾ ਉਸ ਅਕਾਲਪੁਰਖ ਦਾ ਕੁੰਡਾ ਸਾਡੇ ਮਸਤਕ ਤੇ ਆ ਲੱਗਦਾ ਹੈ ਆਖਨ ਜੋਰ ਚੁਪੈ ਨਾ ਜੋਰ ਇਸ ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਹੈ ਕਿ ਅਸੀਂ ਸਾਰੇ ਬੋਲਦੇ ਹਾਂ ਮਨੁੱਖ ਦਾ ਆਪਣੀ ਕੋਈ ਪਾਇਆ ਨਹੀਂ ਹੈ ਮਨੁੱਖ ਦੀ ਆਪਣੀ ਕੋਈ ਹਸਤੀ ਨਹੀਂ ਹੈ ਕਿ ਮਨੁੱਖ ਆਪਣੇ ਆਪ ਵਿੱਚ ਕੁਝ ਗੱਲ ਕਰ ਸਕੇ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਇਹ ਪ੍ਰਮਾਨ ਪੜਦੇ ਆ ਨਾ ਇਤੋਂ ਬੰਦਾ ਜਿਸ ਵੇਲੇ ਉਹਦਾ عقیدہ ਉਹਦਾ ਵਿਸ਼ਵਾਸ ਉਹਦਾ ਭਰੋਸਾ ਉਸ ਪ੍ਰਭੂ ਤੇ ਬਣ ਜਾਇ ਉਸ ਵਕਾਲਪੁਰਖ ਤੇ ਬਣ ਜਾਇ ਤੇ ਜਿਸ ਵੇਲੇ ਗੁਰੂਾਨਕ ਸਾਹਿਬ ਜੀ ਦੇ ਸ਼ਬਦ ਪੜਦੇ ਆ ਨਾ ਜੋ ਕੁਝ ਚੋਵਾ ਸਭ ਕੁਝ ਤੁਸ ਤੇ ਤੇਰੀ ਸਭ ਸੁਣਾਈ اے ਪਰਮਾਤਮਾ ਜੋ ਕੁਝ ਵੀ ਹੋ ਰਿਹਾ ਹੈ ਇਹ ਸਭ ਕੁਝ ਤੇਰਾ ਕੀਤਾ ਹੋਇਆ ਹੋ ਰਿਹਾ ਸਭ ਕੁਝ ਤੇਰਾ ਵਸਾਇਆ ਹੋਇਆ ਪਰ ਉਹ ਮਨੁੱਖ ਜਿਸ ਮਨੁੱਖ ਅਹੰਕਾਰ ਦੀ ਟੀਸੀ ਤੇ ਬੈਠਾ ਹੋਵੇ ਉਹ ਥੋੜੀ ਇਹ ਗੱਲ ਲੱਖਦਾ ਹੈ ਇਥੇ ਉਹ ਅੱਗੇ ਗੱਲ ਕਹਿੰਦਾ ਹੈ ਕਿ ਸਭ ਕੁਝ ਕੀਤਾ ਤੇਰਾ ਹੋ ਗਿਆ ਸਭ ਤੇਰੀ ਜਸਨਾਈ ਇਹ ਤੇ ਉਹ ਮਨੁੱਖ ਕਹਿੰਦਾ ਜਿਸ ਦਾ ਪ੍ਰਭੂ ਪਰਮਾਤਮਾ ਨਾਲ ਆਪਣਾ ਜੋੜ ਬਣਿਆ ਹੋਵੇ ਜਿਹੜਾ ਉਸ ਪ੍ਰਭੂ ਪਰਮਾਤਮਾ ਆਕਾਰਪ੍ਰੂਪ ਦੇ ਸ਼ਬਦ ਨਾਲ ਜੁੜਿਆ ਹੁੰਦਾ ਹੈ ਜਿਹੜਾ ਉਹਦੇ ਭਰੋਸੇ ਵਿੱਚ ਆਪਣੇ ਜੀਵਨ ਨੂੰ ਬਸਾਂਦਾ ਹੈ ਤੇ ਜਿੱਦ ਦੀ ਉਹ ਆਪਣੇ ਜੀਵਨ ਨੂੰ ਆਪਣੇ ਆਪ ਆਪ ਤੇ ਵਸਾਣਾ ਸ਼ੁਰੂ ਕਰਦਾ ਹੈ ਆਪਣੀ ਸਿਆਣਪ ਤੇ ਜੀਣਾ ਸ਼ੁਰੂ ਕਰਦਾ ਹੈ ਤੇ ਫਿਰ ਅਹੰਕਾਰ ਦੀ ਟੀਸੀ ਤੇ ਆ ਬੋਲਦਾ ਤੁਸੀਂ ਕਈ ਵਾਰੀ ਦੇਖਿਆ ਹੋਣਾ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਦੇਸ਼ ਦੇ ਸਾਡੇ ਪ੍ਰੈਜ਼ੀਡੈਂਟ ਰੇ ਅਬਦੁਲ ਕਲਾਮ ਬੜੇ ਅੱਛੇ ਬੁਲਾਰੇ ਵੀ ਸਨ ਬੜੇ ਅੱਛੇ ਸਾਂਝਦਾਨ ਵੀ ਸਨ ਇੱਕ ਸਭਾ ਵੀ ਜਾਂਦੇ ਹਨ ਵਿਜ਼ਿਟਿੰਗ ਪ੍ਰੋਫੈਸਰ ਹੋਣ ਦੇ ਨਾਤੇ ਜਾਂਦੇ ਹਨ ਜਾ ਕੇ ਉੱਥੇ ਲੈਕਚਰ ਕਰਨਾ ਹੁੰਦਾ ਹੈ ਗੈਸਟ ਆਫ ਆਨਰ ਹੁੰਦੇ ਹਨ ਉੱਠ ਕੇ ਬੋਲਣ ਲੱਗਦੇ ਹਨ ਆਪਣੀ ਕੁਰਸੀ ਤੋਂ ਉੱਠ ਕੇ ਉਸ ਲੈਕਚਰ ਦੇ ਡੈਸਕ ਤੱਕ ਪਹੁੰਚਦੇ ਹਨ ਪਹਿਲਾ ਸ਼ਬਦ ਬੋਲਦੇ ਹਨ ਤੇ ਦਿਲ ਦਾ ਦੌਰਾ ਪੈਦਾ ਤੇ ਉੱਥੇ ਚੜਾਈ ਕਰਦੇ ਹੋ ਮੈਂ ਹੁਣ ਕੋਈ ਮਨੁੱਖ ਇਹ ਗੱਲ ਕਹਿ ਦੇਵੇ ਕਿ ਉਹਦੇ ਵਿੱਚ ਆਪਣਾ ਤਾਣੇ ਬੋਲਣ ਦਾ ਆਖਨ ਜੋਰ ਚੁਪੇ ਨਾ ਜੋਰ ਕਿ ਮੈਂ ਆਪਣੇ ਆਪ ਵਿੱਚ ਬੋਲਵਾਗਾ ਕੋਈ ਨਹੀਂ ਬੋਲ ਸਕਦਾ ਜਦ ਤੱਕ ਉਸ ਪਰਮਾਤਮਾ ਨੇ ਸਾਨੂੰ ਇਹ ਲੜੀ ਬਖਸ਼ੀ ਇਹ ਜ਼ੁਬਾਨ ਬਖਸ਼ੀ ਸਾਨੂੰ ਇਹ சுவாਸ ਬਖਸ਼ੇ ਸਭ ਕੁਝ ਕਰਦੇ ਆ ਸਾਨੂੰ ਉਸ ਪਰਮਾਤਮਾ ਦੀ ਇਹ ਸੁਆਸਾਂ ਦੀ ਪੂੰਜੀ ਖਿੱਚੀ ਇਹ ਲੜੀ ਖਿੱਚੀ ਤੇ بڑے بڑے ਲੋਕ ਦੇਖੇ بڑے بڑے ਬੁਲਾਰੇ ਦੇਖੇ ਜਿਹੜੇ ਬੋਲਦੇ ਬੋਲਦੇ ਉਸੇ ਵੇਲੇ ਉਸ ਪਰਮਾਤਮਾ ਦਾ ਕਾਰਪਕ ਦਸਨ ਦੇਸ਼ਾ ਆ ਗਿਆ। ਇਹ ਐਸੀ ਕੋਈ ਤਕਲੀਫ ਬਣ ਗਈ ਮੋਰਨ ਦੀ ਸਮਰੱਥਾ ਨਾ ਰਹੀ। ਬੜੇ ਇਲਾਜ ਕਰਾਏ ਬੜਾ ਕੁਝ ਕੀਤਾ ਲੇਕਿਨ ਗੱਲ ਨਹੀਂ ਬਣੀ। ਤੁਸੀਂ ਵੀਡੀਓ ਵੀ ਇੱਕ ਦੇਖੀ ਹੋਣੀ ਹੈ। ਗੁਰੂ ਘਰ ਦੇ ਕੀਰਤਨੀਏ ਬੜੇ ਛੇ ਕੀਰਤਨ ਕਰਦੇ ਸੁਣ। ਆ ਕੇ ਹਾਰਮੋਨੀਅਮ ਤੇ ਬੈਠੇ ਸ਼ਬਦ ਗਾਉਣ ਲੱਗੇ। ਸ਼ਬਦ ਗਾਇਨ ਕਰਦੇ ਕਰਦੇ ਅਰੇ ਦੋ ਹੀ ਪੰਕਤੀਆਂ ਬੜੀਆਂ ਸੁਣ। ਦਿਲ ਦਾ ਦੌਰਾ ਪਿਆ ਤੇ ਚਲਾਈ ਕਰ ਗਿਆ। ਇਹ ਉਸ ਪਰਮਾਤਮਾ ਦੀ ਬਖਸ਼ਿਸ਼ ਹੈ। ਕਿ ਅਸੀਂ ਬੋਲ ਸਕਦੇ ਹਾਂ ਅਸੀਂ ਆਖ ਸਕਦੇ ਹਾਂ ਅਸੀਂ ਕਹਿ ਸਕਦੇ ਹਾਂ ਤੁਹਾਨੂੰ ਗੱਲ ਸਮਝਾ ਸਕਦੇ ਹਾਂ ਤੁਹਾਡੀ ਗੱਲ ਸੁਣ ਸਕਦੇ ਹਾਂ ਪਰ ਇਹ ਬਖਸ਼ਿਸ਼ ਸਾਰੀ ਇਹ ਉਸ ਕਾਲਪੁਰਖ ਦੀ ਹੈ ਪਰ ਅਸੀਂ ਜਿਸ ਦਿਨ ਅਸੀਂ ਆਕੇ ਗੁਰੂ ਘਰ ਵਿੱਚ ਪਹੁੰਚਦੇ ਆ ਨਾ ਅਸੀਂ ਇਹ ਥੋੜੀ ਮੰਗਦੇ ਹੁਣੇ ਆ ਪਰਮਾਤਮਾ ਕੋਲੋਂ ਕਿ ਮੈਨੂੰ ਬਖਸ਼ਿਸ਼ ਪਰਮਾਤਮਾ ਆਪਣੀ ਦੇ ਦੇਈ ਸਭ ਕੁਝ ਤੇਰਾ ਕੀਤਾ ਹੋਵੇ ਥੋੜੀ ਮੰਗਦੇ ਹੁਣੇ ਅਸੀਂ ਅਸੀਂ ਇਹ ਨਹੀਂ ਮੰਗਦੇ ਅਸੀਂ ਆਪਣੀਆਂ ਦੀਵਾਨਾਂ ਲੈ ਕੇ ਆਉਂਦੇ ਹਾਂ ਸਮੇਤ ਮੇਰੇ ਜਿਨੇ ਵੀ ਲੋਕ ਅਸੀਂ ਗੁਰਦੁਆਰਿਆਂ ਵੀ ਜਾਂਦੇ ਆ ਨਾ ਸਵੇਰੇ ਆਪਣੇ ਨਿਤਨੇਮ ਕਰਨ ਤੋਂ ਬਾਅਦ ਜਿਹੜੀ ਸਾਡੀ ਰੁਟੀਨ ਬਣੀ ਹੋਈ ਏ ਅਸੀਂ ਆਪਣੇ ਸੰਗਤ ਵਿੱਚ ਜਾਂਦੇ ਆ ਪਰ ਆਪਣੀਆਂ ਉੱਪਰ ਤੋਂ ਡਿਮਾਂਡਾਂ ਲੈ ਕੇ ਆਉਂਦੇ ਆ ਜਾਤੀ ਦੀ ਮੰਗ ਤੇ ਜਵਾ ਜਾਤੀ ਦੀ ਮੰਗਾਂ ਦੀ ਸਾਡੀ ਲਿਸਟ ਵੀ ਵਧੇਰੀ ਹੁੰਦੀ ਹੈ ਮੰਗਦੇ ਆ ਪਰ ਕਦੀ ਕਦੇ ਨੇ ਕਿਸੇ ਨੇ ਇਹ ਗੱਲ ਮੰਗੀ ਹੋਣੀ ਆ ਅਕਾਲ ਪੁਰਖ ਮੈਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਜੀਵਨ ਦਾ ਢੰਗ ਬਖਸ਼ੀ ਮੇਰੇ ਬੱਚਿਆਂ ਨੂੰ ਗੁਰਮਤਿ ਦੀ ਜੀਵਨ ਵਿੱਚ ਰਹਿਣ ਦੀ ਰੋਸ਼ਨੀ ਮੇਰਾ ਆਪਣਾ ਮੈਨੂੰ ਤਾਨ ਬਖਸ਼ੀ ਇਹ ਗੱਲਾਂ ਕੋਈ ਕਾਟੀ ਮੰਗਦਾ ਹੁੰਦਾ ਹੋਣਾ। ਇਹ ਕਿਸ ਵੇਲੇ ਮੰਗਦਾ ਹੈ? ਜਿਸ ਵੇਲੇ ਕੋਈ ਪਰੇਸ਼ਾਨੀ ਦਾ ਆਲਮਾ ਬਣਦਾ ਹੈ। ਉਸ ਵੇਲੇ ਆ ਕੇ ਉਸ ਨੂੰ ਈਸ਼ਵਰ ਜੋਰ ਲੱਗਦਾ ਹੈ। ਪਰ ਜਿਸ ਵੇਲੇ ਤੱਕ ਉਹ ਆਪਣੇ ਆਪ ਦੇ ਜੀਵਨ ਜੀਉਂਦਾ ਹੁੰਦਾ ਹੈ, ਆਪਣੀ ਸਿਆਣਪ ਦੇ ਤਲ ਤੇ ਜੀਉਂਦਾ ਹੁੰਦਾ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਹੰਕਾਰ ਵਿੱਚ ਜੀਂਦਾ ਹੁੰਦਾ ਹੈ। ਉਹਦੇ ਹੰਕਾਰ ਦੀ ਟੀਸੀ ਹੁੰਦੀ ਹੈ। ਉਹ ਕਹਿੰਦਾ ਹੁੰਦਾ ਹੈ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹ ਸਭ ਕੁਝ ਮੇਰਾ ਆਪਣਾ ਹੀ ਕੀਤਾ ਹੋਇਆ ਹੈ। ਜੋ ਕੁਝ ਮੈਂ ਬੋਲ ਰਿਹਾ ਹਾਂ ਇਹ ਮੇਰਾ ਆਪਣਾ ਹੀ बोले होए ਆਪਣੀ शानफ ਦੇ ਤਲ ਤੇ ਜੀਨ ਲਗਦਾ ਹੈ ਉਸ ਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਇਹ ਅਕਾਲਪੁਰਖ ਦੀ ਬਖਸ਼ਿਸ਼ ਮੇਰੇ ਤੇ ਹੈ ਤੇ ਮੈਂ ਸਭ ਕੁਝ ਬੋਲਦਾ ਮੇਰਾ ਆਪਣਾ ਕੋਈ ਜੋਰ ਨਹੀਂ ਹੈ ਮੇਰਾ ਕੋਈ ਆਪਣਾ اختیار ਨਹੀਂ ਹੈ ਮੇਰੀ ਆਪਣੀ ਕੋਈ ਪਾਇਆ ਨਹੀਂ ਹੈ ਜੀ ਉਸ ਪ੍ਰਭੂ ਪਰਮਾਤਮਾ ਨੇ ਮੈਨੂੰ ਸੁਆਸਤ ਬਖਸ਼ੇ ਇਹ ਗੁਣ ਬਖਸ਼ੇ ਇਹੋ ਜੀ ਮੈਨੂੰ ਕਲਾ ਬਖਸ਼ੀ ਕਿ ਮੈਂ ਵਿਚਾਰਾਂ ਕਰ ਸਕਦਾ ਮੈਂ ਬੋਲ ਸਕਦਾ ਇਹ ਜੇ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਕਿ ਐਸੇ ਲੋਕ ਵੀ ਅਸੀਂ ਦੇਖੇ ਜਿਹਨਾਂ ਨੂੰ ਪ੍ਰਮਾਤਮਾ ਨੇ ਇਹ ਗੁਣ ਨਹੀਂ ਬਖਸ਼ਿਆ ਕਿਸੇ ਨੇ ਥੋੜੀ ਕੋਈ ਜਾ ਕੇ ਬਨਾਵਟੀ ਲਾਇਆ ਬੜਾ ਸਾਇੰਸ ਨੇ ਤਰੱਕੀ ਕੀਤੀ ਬੜਾ ਕੁਝ ਕੀਤਾ ਪਰ ਸਾਇੰਸ ਇਹ ਗੱਲਾਂ ਨਹੀਂ ਕਰ ਸਕੀ ਔਰ ਸਾਇੰਸ ਕਦੀ ਵੀ ਕੁਦਰਤ ਦੇ ਅਗੇਂਸਟ ਨਹੀਂ ਜਾ ਜਾਂਦੀ ਉਹ ਕੁਦਰਤੀਆਂ ਦਿੱਤੀ ਹੋਈਆਂ ਚੀਜ਼ਾਂ ਵਿੱਚੋਂ ਭਰਲਾ ਕਰਦੀ ਹੈ ਪਰ ਕੁਦਰਤ ਦੇ ਅਗੇਂਸਟ ਨਹੀਂ ਜਾਂਦੀ ਮਨੁੱਖ ਜਾਂਦਾ ਜਿਸ ਮਨੁੱਖ ਨੂੰ ਹੰਕਾਰ ਹੋ ਜਾਏ ਉਹ ਕਰਦਾ ਹੈ ਉਹ ਹੰਕਾਰ ਦੀ ਟੇਸੀ ਤੇ ਚੜਿਆ ਹੁੰਦਾ ਹੈ ਦਿਆਂ ਘੜ ਦੀ ਟੀਸ਼ੀ ਤੇ ਚੜਿਆ ਹੋਇਆ ਹਰ ਕੋਈ ਉਹ ਕੰਮ ਕਰਦਾ ਜਿਹੜਾ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਨਹੀਂ ਪਾਉਂਦਾ ਹੁੰਦਾ ਇਨਸਾਨੀ ਉੱਤੇ ਜ ਨਹੀਂ ਪਾਉਂਦਾ ਹੁੰਦਾ ਅਸੀਂ ਜਿਸ ਵੇਲੇ ਗੁਰੂ ਨਾਨਕ ਬਾਸ ਮਾਰੇ ਦਾ ਇਹ ਸ਼ਬਦ ਪੜ੍ਹਦੇ ਆ ਨਾ ਕਿਸੇ ਜੋਰ ਹੰਕਾਰ ਬੋਲਣ ਦਾ ਹੈ ਨਾ ਕੋਈ ਚੰਗਾ ਬੁਲਾਰਾ ਹੋਵੇ ਸਾਨੂੰ ਵੀ ਕਦੀ ਕੋਈ ਕਹਿ ਦੇਵੇ ਨਾ ਭਾਈ ਸਾਹਿਬ ਬੜਾ ਅੱਛਾ ਬੋਲੇ ਹੋ ਤੇ ਸੱਤ ਦਿਨ ਸਾਨੂੰ ਬੁਖਾਰ ਨਹੀਂ ਉਤਰਦਾ ਅਸੀਂ ਆਪਣੀ ਟੀਸ਼ੀ ਤੇ ਚੜੇ ਹੁੰਦੇ ਹਾਂ ਲੱਭ ਮੇਰਾ ਬਟਾ ਮੇਰੇ ਵਰਗਾ ਬੁਲਾਰਾ ਹੀ ਕੋਈ ਨਹੀਂ ਹੈ ਭਾਵੇਂ ਸਾਨੂੰ ਉਹਨੇ ਵੈਸੀ ਕਿਹਾ ਹੋਵੇ ਪਰ ਅਹੰਕਾਰ ਹੁੰਦਾ ਹੈ ਹਰ ਇੱਕ ਨੂੰ ਹੁੰਦਾ ਹੈ ਭਾਵੇਂ ਮਨੁੱਖ ਦੇ ਸਰੀਰ ਵਿੱਚ ਮਨੁੱਖ ਨੂੰ ਬਣਾਉਣ ਵਿੱਚ ਇਸ ਨੂੰ ਬਣਾਉਣ ਵਿੱਚ ਮਨੁੱਖ ਦੀ ਕੋਈ ਆਪਣੀ ਕਲਾ ਨਹੀਂ ਵਰਤਦੀ ਇਹ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਹੈ ਨਾ ਕਿਸੇ ਦੀ ਸੂਰਤ ਕਿਵੇਂ ਜੀ ਹੋ ਗਈ ਕਿਸੇ ਦਾ ਰੰਗ ਕਿਵੇਂ ਜੀ ਹੋ ਗਿਆ ਕਿਸੇ ਦਾ ਸਰੀਰ ਵੱਡਾ ਹੋ ਗਿਆ ਕਿਸੇ ਦਾ ਛੋਟਾ ਹੋ ਗਿਆ ਪਰ ਇਹ ਗੱਲ ਦੇਖਣ ਵੀ ਚਾਹੀਏ ਕਿ ਜਿਨ੍ਹਾਂ ਨੂੰ ਥੋੜਾ ਜਿਹਾ ਵੀ ਪਰਮਾਤਮਾ ਨੇ ਕੋਈ ਬਖਸ਼ਿਸ਼ ਕੀਤੀ ਨਾ ਉਹਨੂੰ ਮਹੰਕਾਰ ਬੜਾ ਕਿਸੇ ਜੋਰ ਅਹੰਕਾਰ ਬੋਲਣ ਦਾ ਇਹਨੂੰ ਚਾਰ ਗੱਲਾਂ ਬੋਲਣੀਆਂ ਆ ਗਈਆਂ ਉਹ ਆਪਣੇ ਹਕਾਰ ਵਿੱਚ ਬੈਠਾ ਹੋਇਆ। ਕਿਸੇ ਜੋਰ ਦੀਵਾਨ ਮਾਇਆ ਦਾ। ਮਾਇਆ ਕਿਸੇ ਨੇ 4 ਪੈਸੇ ਕਮਾ ਲਈ। ਭਾਵੇਂ ਉਸਨੇ ਕੁਦਰਤੀ ਨਿਯਮਾਂ ਨੂੰ, ਇਨਸਾਨੀਅਤ ਦੇ ਬਣੇ ਹੋਏ ਪੈਮਾਨਿਆਂ ਨੂੰ, ਇਨਸਾਨੀਅਤ ਦੇ ਬਣੇ ਹੋਏ ਢੰਗ ਤਰੀਕਿਆਂ ਨੂੰ, ਕਾਨੂੰਨ ਨੂੰ, ਲੈਣ ਦੇ ਬਣੇ ਹੋਏ ਕਾਨੂੰਨ ਨੂੰ ਸਾਰਿਆਂ ਦੀਆਂ ਤੱਜੀਆਂ ਦਾਰਤੀਆਂ ਤੇ ਦੀਵਾਨ ਮਾਇਆ ਕਠੀ ਅਗਰ ਇੱਕ ਕਰ ਲਈ ਹੋਵੇ ਤੇ ਮਨੂੰ ਕੀ ਕਰਦਾ ਜੀ? ਇਹ ਕਿਸੇ ਨੂੰ ਦਸਮ ਦੀ ਲੋੜ ਨਹੀਂ ਪੈਂਦੀ। ਕਿਸੇ ਕੋਲ ਵੀ 4 ਪੈਸੇ ਕਿਸੇ ਦੂਜੇ ਕੋਲੋਂ ਜ਼ਿਆਦਾ ਹੋ ਜਾਣ ਨਾ ਉਸ ਨੂੰ ਆਪਣਾ ਫਕਰ ਦੱਸਦਾ ਹੈ ਹੰਕਾਰ ਦੱਸਦਾ ਹੈ ਕਿ ਮੇਰੇ ਕੋਲ ਪੈਸੇ ਬੜੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜੀ ਬਖਸ਼ਿਸ਼ ਕਰਕੇ ਸਾਨੂੰ ਇਹ ਗੱਲ ਸਮਝਾਈ ਤੇ ਜਿਹੜੇ ਗੁਰਮੁਖ ਹੋਵਨ ਜਿਹੜੇ ਗੁਰਵਾਲ ਮੂਹ ਕਰਕੇ ਜਿੰਦੇ ਹੋਣ ਉਹਨਾਂ ਨੂੰ ਗੁਰਸੱਭ ਜੀ ਨੇ ਕੀ ਬਖਸ਼ਿਸ਼ ਕੀਤੀ ਮੈਂ ਹਰਬਿੰਦ ਟੇਕ ਪਰ ਅਵਰ ਨਾ ਕਾਈ ਮੈਨੂੰ ਹਰਿ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਕਿ ਇਸ ਵੇਲੇ ਮੇਰੇ ਮਨ ਵਿੱਚ ਇਹ ਗੱਲ ਬਣ ਜਾਵੇ कि सब कुछ ਕਰਨ ਕਰਾਉਣ ਵਾਲਾ ਪਰਮਾਤਮਾ ਹੈ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ ਸਭ ਕੁਝ ਦੀ ਰਚਨਾ ਕਰਨ ਵਾਲਾ ਪਰਮਾਤਮਾ ਹੈ ਤੇ ਫਿਰ ਕੀ ਹੁੰਦਾ ਤੂੰ ਕਰਤੇ ਰਖ ਮੈਂ ਨਿਮਾਣੀ ਹੈ اے ਅਕਾਲ ਪੁਰਖ ਤੂੰ ਕਰਤੇ ਮੈਂ ਸਭ ਤੋਂ بڑا ਨਿਮਾਣਾ ਮੈਂ ਤੇਰੇ ਕਰਦਾ ਨਿਮਾਣਾ ਜੋ ਕੁਝ ਵੀ ਵਰਤ ਰਿਹਾ ਸਭ ਤੇਰਾ ਤਾਣ ਹੈ ਸਭ ਤੇਰਾ ਜੋਰ ਹੈ ਸਭ ਤੇਰਾ اختیار ਹੈ ਤੇ ਫਿਰ ਮੈਂ ਹੰਕਾਰ ਦੀ ਉਸ ਟੀਸੀ ਤੋਂ ਬਚਿਆ ਰਵਾਂਗਾ ਹੰਕਾਰ ਇੱਕ ਐਸਾ ਰੋਗ ਹੈ ਜੀ ਇਹ ਰੋਗ ਸੱਜੇ ਆ ਜਾਂਦਾ ਹੈ ਕਿੰਨੀ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਇਹ ਰੋਗ ਲੱਗ ਵੀ ਗਿਆ ਹੈ ਨਾ ਬੜੀ ਵਾਰੀ ਦੇਖਦੇ ਆਂ ਅਸੀਂ ਕਿ ਜਿਨ੍ਹਾਂ ਨੂੰ ਹੰਕਾਰ ਦੀ ਟੀਸ਼ੀ ਦੇ ਬੈਠੇ ਹੋਣ ਨੂੰ ਇਹ ਹੰਕਾਰ ਦਾ ਇੱਕ ਐਸਾ ਰੋਗ ਹੈ ਇਹ ਉਸ ਨੂੰ ਵੀ ਲੱਗ ਜਾਂਦਾ ਹੈ ਜਿਹੜਾ ਬੜੀ ਸੇਵਾ ਵਿੱਚ ਲੱਗਾ ਹੋਵੇ ਉਹਨੂੰ ਵੀ ਇਸ ਗੱਲ ਦਾ ਰੋਗ ਹੁੰਦਾ ਹੈ ਇਸ ਗੱਲ ਦਾ ਹੰਕਾਰ ਹੁੰਦਾ ਹੈ ਕਿ ਮੈਂ ਸੇਵਾ ਬੜੀ ਕਰਦਾ ਪਾਠ ਕਰਨ ਲੱਗ ਪਈਏ ਚੰਗਾ ਪਾਠ ਮੈਨੂੰ ਕਰਨਾ ਆ ਜਾਵੇ ਸਮਝ ਆ ਜਾਵੇ ਤੇ ਮੈਨੂੰ ਵੀ ਇਸ ਗੱਲ ਦਾ ਹੰਕਾਰ ਹੋ ਜਾਂਦਾ ਕਿ ਮੈਨੂੰ ਪਾਠ ਬੜਾ ਆਉਂਦਾ। ਮੈਂ ਗੁਰਦੁਆਰੇ ਰੋਜ਼ ਜਾਂਦਾ ਜੀ। ਮੈਂ ਭਾਂਡੇ ਬੜੇ ਮਾਇੰਦਾ ਜੀ। ਮੈਂ 4 ਪੈਸੇ ਕਿਸੇ ਤੋਂ ਵੱਧ ਦੇ ਦਵਾਂ। ਮੇਰੀ ਨੇਮ ਬਲੇਡ ਨਾ ਲੱਗੀ ਹੋਵੇ ਤੇ ਮੈਨੂੰ ਅਜਿਹਾ ਨਹੀਂ ਹੁੰਦੀ ਇਹ ਗੱਲ ਕਿ ਮੇਰੀ ਨੇਮ ਬਲੇਡ ਨਹੀਂ ਲੱਗੀ ਹੋਵੇ। ਔਰ ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਉਸ ਬਖਸ਼ਿਸ਼ ਦੇ ਮੇਰਾ ਪਰੋਸਾ ਨਹੀਂ ਬਣਿਆ। ਤੇ ਮੈਂ ਕੀ ਕੀਤਾ ਮੈਂ ਆਪਣੇ ਆਪ ਦੇ ਜੀਵਣਾ ਸ਼ੁਰੂ ਕੀਤਾ। ਇਸ ਪੰਕਤੀ ਇਸ ਪੋੜੀ ਵਿੱਚ ਗੁਰਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਗੱਲ ਸਮਝਾਈ ਏ ਨਾ ਮੰਗਣ ਤੇ ਮੇਰਾ ਜੋਰ ਏ ਨਾ ਦੇਣ ਤੇ ਮੇਰਾ ਜੋਰ ਏ ਅਨਾਂ ਸੀ ਗੁਰੂ ਸਾਹਿਬ ਕੋਲੋਂ ਮੰਗ ਕੇ ਕੋਈ ਚੀਜ਼ ਪ੍ਰਾਪਤ ਕੀਤੀ ਹੁੰਦੀ ਏ ਗੁਰੂ ਦੀ ਬਖਸ਼ਿਸ਼ ਹੁੰਦੀ ਏ ਕਾਲਪ੍ਰੋਪਤ ਦੀ ਬਖਸ਼ਿਸ਼ ਮੇਰੇ ਤੇ ਬਣੀ ਹੁੰਦੀ ਏ ਕੋਈ ਚਾਰ ਪੈਸੇ ਮੇਰੇ ਕੋਲ ਆ ਜਾਂਦੇ ਹਨ ਤੇ ਮੈਂ ਕੀ ਹੁੰਦਾ ਗੁਰਦੁਆਰੇ ਆ ਕੇ ਤੇ ਮੈਂ ਮੰਗਦਾ ਹੁੰਦਾ ਬਾਹਰ ਜਾ ਕੇ ਮੈਂ ਦਾਨੀ ਹੁੰਦਾ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਿ ਮੈਂ ਕਿਸੇ ਨੂੰ ਦਿਖਾ ਕੇ ਜਿਆਦਾ ਪੈਸੇ ਦੇਣ ਦੀ ਕੋਸ਼ਿਸ਼ ਕਰਦਾ ਇਸ ਤਰ੍ਹਾਂ ਨਹੀਂ ਕਰਦਾ ਬਾਰੇ ਬੈਠੇ ਹੋਏ ਜੇ ਕਦੀ ਕੋਈ ਉਹਨੂੰ ਇਹ ਗੱਲ ਕਰ ਲਵੇ ਕਿ ਭਲਿਆ ਤੂੰ ਤੇ ਪੈਸੇ ਮੰਗ ਕੇ ਤੂੰ ਇਹ ਸਾਰਾ ਦੀਵਾਨ ਤੂੰ ਸਾਰੀ ਮਾਇਆ ਉਸ ਅਕਾਲ ਪੁਰਖ ਤੋਂ ਦాతਾ ਮੰਗ ਕੇ ਤੈਨੂੰ ਬਖਸ਼ਿਸ਼ ਦੀ ਦਾਤ ਕੀਤੀ ਹੈ ਅੱਜ ਤੂੰ ਦాతਾ ਬਣ ਗਿਆ ਕੁਝ ਇੱਕ ਮਿੰਟ ਪਹਿਲੇ ਉਹ ਮੰਗਤਾ ਹੁੰਦਾ ਹੈ ਕੁਝ ਇੱਕ ਮਿੰਟਾਂ ਬਾਅਦ ਉਹ ਦాతਾ ਬਣ ਜਾਂਦਾ ਹੈ ਕਿਉਂਕਿ ਉਹਦੇ ਦਿਮਾਗ ਵਿੱਚ ਅਹੰਕਾਰ ਦੀ ਟੀਸੀ ਬੈਠੀ ਹੁੰਦੀ ਹੈ ਉਸ ਨੂੰ ਇਹ ਗੱਲ ਭੁੱਲ ਗਈ ਹੁੰਦੀ ਹੈ ਕਿ ਮੈਨੂੰ ਬਖਸ਼ਿਸ਼ ਕਰਨ ਵਾਲਾ ਉਹ ਪਰਮਾਤਮਾ ਹੈ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਉਹ ਪਰਮਾਤਮਾ ਹੈ ਜੇ ਕਦੀ ਮੈਂ ਕਿਸੇ ਨੂੰ ਕੁਝ ਦੇ ਰਿਆਂ ਜਾਂ ਮੈਂ ਕਿਸੇ ਦੇ ਸਮਰਥਾਂ ਕਿਸੇ ਨੂੰ ਕੁਝ ਭਲਾ ਕਰਨ ਜੋਗਾ ਜਾਂ ਦੇਣ ਵਾਲਾ ਤੇ ਇਹ ਮੇਰੀ ਬਖਸ਼ਿਸ਼ ਨਹੀਂ ਹੈ ਇਹ ਉਸ ਅਕਾਲ ਪੁਰਖ ਦੀ ਮੇਰੇ ਮੇਰੇ ਤੇ ਜੋ ਗੁਰੂ ਘਰ ਵਿੱਚ ਦਸਵੰਦ ਦਾ ਫੰਦਾ ਸ਼ੁਰੂ ਹੋਇਆ ਨਾ ਇਹ ਇਸੇ ਕਾਰਨ ਨੂੰ ਮੁੱਖ ਰੱਖ ਕੇ ਤੁਸੀਂ ਕਿਸੇ ਗੁਰਦੁਆਰੇ ਵਿੱਚ ਚਲੇ ਜਾਓ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੁੰਦੀ ਕਿ ਇਥੇ ਦਾਨ ਪਾਤਰ ਹੈ ਅੱਜ ਭਾਵੇਂ ਕਿਤੇ ਕਿਤੇ ਸਾਨੂੰ ਇਹ ਗੱਲਾਂ ਸਾਡੇ ਵਿੱਚ ਇੰਟਰੋਡਿਊਸ ਕਰ ਗਈਆਂ ਲੇਕਿਨ ਗੁਰੂ ਘਰ ਵਿੱਚ ਮਰਿਆਦਾ ਹੈ ਕਿ ਦਸਵੰਦ ਦੀ ਮਰਿਆਦਾ ਵੱਦ ਕੋਈ ਵੀ ਦੇ ਸਕਦਾ ਹੈ ਲੇਕਿਨ ਗੁਰੂ ਦੀ ਹਦਾਇਤ ਹੈ ਕਿ ਤੁਸੀਂ ਆਪਣੀ ਕਮਾਈ ਚ ਦਸਵਾਂ ਹਿੱਸਾ ਲੋਕ ਭਲਾਈ ਲਈ ਦੇਣਾ ਹੈ ਸਾਂਝੇ ਕਾਰਜਾਂ ਲਈ ਦੇਣਾ ਹੈ ਤੇ ਕਿਉਂ ਦੇਣਾ ਹੈ ਲੈਣ ਵਾਲੇ ਨੂੰ ਵੀ ਇਹ ਖਬਰ ਨਾ ਹੋਵੇ ਕਿ ਪੈਸੇ ਕਿੱਥੋਂ ਆਏ ਤੇ ਦੇਣ ਵਾਲੇ ਨੂੰ ਇਹ ਖਬਰ ਨਾ ਹੋਵੇ ਕਿ ਪੈਸੇ ਕਿਹਦੇ ਕੋਲ ਗਏ ਇੱਕੇ ਜੀ ਬੰਦ ਕੀਤੀ ਗਈ ਤੁਸੀਂ ਦੇਖ ਲੈਣਾ ਜੇ ਕਦੀ ਮੈਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਪੈਸੇ ਫਲਾਣੇ ਆਦਮੀ ਕੋਲ ਗਏ ਤੇ ਮੈਂ ਹਮੇਸ਼ਾ ਉਸ ਨੂੰ ਨਵੀਂ ਨਜ਼ਰ ਨਾਲ ਦੇਖਦਾ ਇਹ ਦੁਸ਼ਮਨ ਦਾ ਮਰਿਆਦਾ ਬਣਾਉਂਦਾ ਇਹ ਕਾਰਨ ਸੀ ਕਿ ਇੱਕ ਹੱਥ ਨੂੰ ਦੂਜੇ ਹੱਥ ਦੀ ਖਬਰ ਨਾ ਹੋਵੇ ਕਿ ਪੈਸੇ ਕਿਧੇ ਕੁ ਚਲੇ ਗਏ ਏਸੀ ਗੁਰੂ ਸਾਹਿਬ ਦਾ ਫੰਡਾ ਇਸ ਫੰਡੇ ਨੂੰ ਬਣਾਇਆ ਗਿਆ ਪਰ ਅੱਜ ਅਸੀਂ ਜੋ ਤਰੀਕਾ ਕਰ ਅਪਣਾਇਆ ਹੋਇਆ ਹੈ ਗੁਰਦੁਆਰਿਆਂ ਵਿੱਚ ਸਾਡੇ ਕੋਲ ਕੋਈ ਮਦਦ ਮੰਗਣ ਆ ਜਾਵੇ ਨਾ ਅਸੀਂ ਉਹਦੀ ਅਪੀਲ ਵੀ ਕਰਦੇ ਹਾਂ ਤੇ ਉਸ ਨੂੰ ਬਾ ਡੇਢੀ ਵਿੱਚ ਖੜਾ ਵੀ ਕਰਦੇ ਹਾਂ ਪਤਾ ਨਹੀਂ ਮੇਰੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਮੇਰਾ ਆਪਣਾ ਜਾਤੀ ਵਿਚਾਰ ਇਹ ਵੇ ਕਿ ਇਸ ਤੋਂ ਬੜੀ ਜ਼ਰੂਰਤ ਅਸੀਂ ਹੋਰ ਕੋਈ ਨਹੀਂ ਕਰਦੇ ਉਹ ਕਿ ਉਸ ਮਨੁੱਖ ਨੂੰ ਖੜਾ ਕਰਕੇ ਉਸ ਨੂੰ 10 20 ਰੁਪਏ ਦੇਣ ਵਾਲਾ ਮਨੁੱਖ ਵੀ ਆਪਣੇ ਆਪ ਨੂੰ ਬੜਾ ਦਾਣੀ ਸਮਝਦਾ ਹੁੰਦਾ ਬੜੀ ਵਾਰੀ ਇਹ ਵਿਚਾਰਾਂ ਵੀ ਚਲੀਆਂ ਕਮੇਟੀਆਂ ਨਾਲ ਵੀ ਚਲੀਆਂ ਜਿਹੜੇ ਕੋਈ ਪ੍ਰਬੰਧਕ ਵੀਰ ਹੁੰਦੇ ਹਨ ਜਿਨ੍ਹਾਂ ਕੋਲ ਬੜੀ ਸੁਰੱਖਤਾਂ ਹੁੰਦੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਗਈਆਂ ਪਰ ਇਸ ਵਾਰ ਕੋਈ ਅਸਾਸੀ ਧਿਆਨ ਨਾ ਕੀਤਾ ਕਿ ਐਸਾ ਕੋਈ ਫੰਡ ਅਸੀਂ ਕ੍ਰੀਏਟ ਕਰਦੇ ਜਿਹੜਾ ਫੰਡ ਸਾਨੂੰ ਉਸ ਲੋੜਵੰਦ ਦੀ ਮਦਦ ਵੀ ਪੂਰੀ ਕਰਦਾ ਜੇ ਤੁਸੀਂ ਗੁਰੂ ਘਰ ਦੇ ਅਸੂਲਾਂ ਨੂੰ ਦੇਖੋ ਗੁਰੂ ਘਰ ਦੇ ਉਹਨਾਂ ਅਕੀਦਿਆਂ ਨੂੰ ਦੇਖੋ ਤੇ ਗੁਰੂ ਸਾਹਿਬ ਨੇ ਕਿੰਨਾ ਵਕਤਾਂ ਵਿੱਚ ਇਸ ਮਰਿਆਦਾ ਨੂੰ ਬਹਾਲ ਰੱਖਿਆ ਹਰ ਇੱਕ ਲੋੜਵੰਦ ਦੀ ਲੋੜ ਗੁਰਦੁਆਰੇ ਤੋਂ ਪੂਰੀ ਹੁੰਦੀ ਸੀ ਗੁਰੂ ਘਰ ਤੋਂ ਪੂਰੀ ਹੁੰਦੀ ਸੀ ਜਿਸ ਵੇਲੇ ਗੁਰੂ ਸਾਹਿਬ ਸਖਸ਼ੀਤ ਜੀਵਨ ਵਿੱਚ ਰਹੇ ਉਸ ਵੇਲੇ ਵੀ ਇਹ ਗੱਲਾਂ ਪੂਰੀਆਂ ਹੁੰਦੀਆਂ ਰਹੀਆਂ ਆਮ ਸੋਚਣ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ ਧਰਮ ਦਾ ਆਗਾਜ਼ ਹੁੰਦਾ ਇਹ ਹੁੰਦਾ ਕੀ ਹੈ 3 ਕਰੋੜ ਦੇ ਕਰੀਬਨ ਸਿੱਖ ਦੀ ਗ੍ਰਾਫ ਚਲਾ ਜਾਂਦਾ ਹੈ 3 ਕਰੋੜ ਔਰ ਬੜੇ ਲਿਮਟਿਡ ਸੋਰਸਸ ਹੁੰਦੇ ਹਨ ਕਿਉਂ ਬਣ ਗਏ ਹੋਣੇ ਦੂਜੇ ਧਰਮਾਂ ਦੇ ਲੋਕ ਵੀ ਸਿੱਖੀ ਵੱਲ ਪ੍ਰੇਰਿਤ ਕਿਉਂ ਹੋ ਗਏ ਹੈ ਨਾ ਸੋਚਣ ਦਾ ਵਿਚਾਰ ਹੈ ਕਦੀ ਅਸੀਂ ਇਹ ਸਵਾਲ ਕਰਕੇ ਦੇਖੀਏ ਅੱਜ ਕੀ ਹੁੰਦਾ ਹੈ ਕਿ ਸਾਡੇ ਮਨਾਂ ਵਿੱਚ ਸਵਾਲ ਬੜੇ ਉੱਠਦੇ ਹਨ ਪਰ ਸਮਰਪਣ ਨਹੀਂ ਰਿਹਾ ਸਾਡੇ ਵਿੱਚ ਸਰੰਡਰ ਨਹੀਂ ਰਿਹਾ ਅੱਜ ਅਸੀਂ ਸਵਾਲ ਕਰਦੇ ਹਾਂ ਨਵੇਂ ਨਵੇਂ ਸਵਾਲ ਤੁਹਾਨੂੰ ਆਈ ਨੌਜਵਾਨ ਬੱਚੇ ਬੜੇ ਸਵਾਲ ਕਰਦੇ ਨੇ ਉਹ ਜੇ ਕੋਈ ਥੋੜੀ देर ਲਈ ਸੀ ਵਿਚਾਰ ਗੁਰੂ ਅਰਗੁਨ ਸਿੰਘ ਸਾਹਿਬ ਜੀ ਜੀਵਨ ਬਾਰੇ ਵੀ ਕਰਾਂਗੇ ਜੋ ਆਜ ਬੰਦੀ ਛੋੜ ਦਾ ਦਿਨ ਮਨਾ ਰਹੇ ਆਂ ਆਈਸਨ ਨੌਜਵਾਨ ਬੜੇ ਸਾਰੇ ਸਵਾਲ ਕਰਦੇ ਆਂ ਹੋ ਕੀ ਗਿਆ ਕਿ ਸਾਡੇ ਕੋਲ ਦੋ ਐਸੀਆਂ ਯੂਨੀਵਰਸਟੀਆਂ ਬਣ ਗਈਆਂ ਇੱਕ ਯੂਨੀਵਰਸਿਟੀ ਬਣ ਗਈ WhatsApp ਯੂਨੀਵਰਸਿਟੀ ਇੱਕ ਬਣ ਗਈ Facebook ਦੀ ਯੂਨੀਵਰਸਿਟੀ ਕਿਸੇ ਦੇ ਮਨ ਵਿੱਚ ਕੁਝ ਵੀ ਖਿਆਲ ਆਇਆ ਉਸਨੇ Facebook ਤੇ ਤੇ WhatsApp ਤੇ ਲਿਖਿਆ ਤੇ ਮੈਸੇਜ ਭਾਜਦਾ ਕੁਈ 4 ਕਮੈਂਟ ਫੇਵਰਟ ਦੇ ਆ ਗਏ ਕੋਈ 4 ਕਮੈਂਟ ਅਗੇਂਸਟ ਆ ਗਏ ਬਣ ਗਿਆ ਉਹ ਵਿਦਵਾਨ ਵਿਦਵਾਨ ਹੋ ਗਿਆ ਉਸ ਨੂੰ ਗੁਰੂ ਇਤਿਹਾਸ ਦਾ ਗੁਰੂ ਪਛੋਕੜ ਦਾ ਗੁਰੂ ਦੀ ਕਰਨੀ ਦਾ ਗੁਰੂ ਦੇ ਕਾਰਿਆਂ ਦਾ ਕੋਈ ਖਿਆਲ ਨਹੀਂ ਰਿਹਾ ਤੇ ਸਵਾਲ ਕਰਨ ਲੱਗ ਪਿਆ ਸਵਾਲ ਸਾਡੇ ਸਾਹਮਣੇ ਆ ਗਏ ਅੱਜ ਦੇਖੋ ਤੁਸੀਂ ਸਵਾਲੇ ਵਜੇ ਆਂਦੇ ਨੇ ਪਰ ਗੁਰੂ ਘਰ ਦੀ ਮਰਿਆਦਾ ਕੀ ਰਹੀ ਹੈ ਗੁਰੂ ਇਤਿਹਾਸ ਪੜ ਕੇ ਦੇਖੀਏ ਗੁਰੂ ਵਿੱਚ ਹਮੇਸ਼ਾ ਸਮਰਪਣ ਰਿਹਾ ਹੈ ਗੁਰੂ ਅੱਗੇ ਕਿਸੇ ਵੀ ਇਤਿਹਾਸਿਕ ਪਛੋਕੜ ਨੂੰ ਪੜ ਕੇ ਦੇਖੀਏ ਗੁਰੂ ਦੇ ਕਿਸੇ ਵੀ ਕਾਰੇ ਤੇ ਕਿਸੇ ਨੇ ਰੀਜਨਿੰਗ ਨਹੀਂ ਕੀਤੀ ਕਿਸੇ ਨੇ ਕਿੰਤੂ ਨਹੀਂ ਕੀਤਾ ਪਰ ਅੱਜ ਕੀ ਹੈ ਅੱਜ ਕਿੰਤੂ ਪ੍ਰਿੰਤੂ ਬੜੀ ਹੈ ਭਾਵੇਂ ਸੀ ਇਹ ਗੱਲ ਕਹਿੰਦੇ ਆ ਕਿ ਪੜ੍ਹਿਆ ਲਿਖਿਆ ਯੁੱਗ ਹੈ ਕਿ ਪੜ੍ਹੇ ਲਿਖੇ ਯੁੱਗ ਵਿੱਚ ਸਵਾਲ ਕਰਨੇ ਚਾਹੀਦੇ ਹਨ ਪਰ ਇਸ ਗੱਲ ਨੂੰ ਚੇਤੇ ਰੱਖ ਕੇ ਕਿ ਗੁਰੂ ਨੂੰ ਸਮਰਪਣ ਹੈ ਗੁਰੂ ਨੂੰ ਰੀਜਨਿੰਗ ਨਹੀਂ ਹੈ ਗੁਰੂ ਵਗੇ ਸਰੈਂਡਰ ਹੈ ਹੁਣ ਭਾਈ ਬਚਿੱਤਰ ਸਿੰਘ ਦਾ ਜਿਹੜਾ ਤੁਸੀਂ ਇਤਿਹਾਸ ਪੜਦੇ ਆ ਨਾ ਭਾਈ ਬਚਤਰ ਸਿੰਘ ਦੇ ਇਤਿਹਾਸ ਨੂੰ ਕਦੇ ਵਾਚ ਕੇ ਦੇਖੀਏ ਕਦੇ ਗ੍ਰਾਈਨਲ ਵਾਚ ਕੇ ਦੇਖੀਏ ਗੁਰੂ ਸਾਹਿਬ ਜੀ ਨੇ ਕਿਸੇ ਵੇਲੇ ਆ ਕੇ ਸੂਈ ਨੇ ਖਬਰ ਦਿੱਤੀ ਕਿ ਮੁਗਲ ਸੈਨਾ ਨੇ ਬਹੁਤ ਵੱਡਾ ਇੱਕ ਹਾਥੀ ਮਸਤ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਭਰਨ ਲਈ ਪ੍ਰੇਰਿਤ ਕੀਤਾ ਹੋਇਆ ਉਹਨੂੰ ਤਿਆਰ ਕੀਤਾ ਹੋਇਆ ਸਰੇ ਨੂੰ ਸ਼ਰਾਬ ਪਿਲਾ ਕੇ ਇਸ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਦੀ ਵਿਉਂਤ ਬਣਾਈ ਗਈ ਹੈ ਜਿਹੜੇ ਸੂਈ ਨੇ ਆ ਕੇ ਖਬਰ ਦਿੱਤੀ ਤੇ ਗੁਰੂ ਸਾਹਿਬ ਨੇ ਸਹਿਸ਼ ਭਾਈ ਕਿਹਾ ਸਾਡੇ ਕੋਲ ਵੀ ਹਾਥੀ ਹੈ ਦونی ਚੰਦ ਉਹ ਦੁਨੀ ਚੰਦਾ ਸ਼ਰੀਰ ਵਾਕਈ ਹਾਥੀ ਵਰਗਾ ਸੀ ਤੇ ਦੁਨੀ ਚੰਦ ਭਗੋੜਾ ਹੋ ਗਿਆ ਗੁਰੂ ਨੂੰ ਸਮਰਪਣ ਨਹੀਂ ਹੋਇਆ ਗੁਰੂ ਅਗੇ ਸੰਡਰ ਨਹੀਂ ਹੋਇਆ ਪਰ ਇੱਕ ਕਮਜ਼ੋਰ ਸ਼ਰੀਰ ਦਾ ਮਰੁਖ ਭਾਈ ਬਜਿੱਤਰ ਸਿੰਘ ਗੁਰੂ ਦੇ ਸਮਰਪਣ ਵਿੱਚ ਸੀ ਗੁਰੂ ਅਗੇ ਰੀਜ਼ਿੰਗ ਵਿੱਚ ਸੀ ਗੁਰੂ ਅਗੇ ਉਹਨੇ ਕਿੰਤੂ ਪਰੰਤੂ ਨਹੀਂ ਕੀਤੀ ਕਹਿਣ ਲਗਾ ਗੁਰਦਸਪਤ ਬਾਦਸ਼ਾਹ ਨੂੰ ਕਿ ਬਾਦਸ਼ਾਹ ਅਗਰ ਤੇਰੀ ਬਖਸ਼ਿਸ਼ ਹੋਵੇ ਗੁਰੂ ਸਾਹਿਬ ਅਗਰ ਤੁਹਾਡੀ ਨਜ਼ਰ ਸੁਵੱਲੀ ਹੋਵੇ ਕਾਤੀ ਨਾਲ ਕਿ ਬਾਹਰ ਨਾਲ ਟਕਰਾ ਜਾਈਏ ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਹੋ ਭਾਈ ਵਿਜੇਤਰ ਸਿੰਘ ਦੇ ਸਮਰਪਣ ਨੇ ਕੀ ਕਾਰੇ ਕੀਤੇ ਪਰ ਅੱਜ ਸਾਡੇ ਵਿੱਚ ਇਹ ਆ ਗਿਆ ਕਿ ਅਸੀਂ ਕੀ ਕਰੀਏ ਅਸੀਂ ਇੱਥੇ ਆ ਕੇ ਉਸ ਪਰਮਾਤਮਾ ਨਾਲ ਉਸ ਅਕਾਲਪੁਰਖ ਦੀਆਂ ਕੀਤੀਆਂ ਹੋਈਆਂ ਹਰ ਇੱਕ ਗਲਤ ਦੇ ਰੀਜਨਿੰਗ ਕਰੀਏ ਉਸ ਰੀਜਨਿੰਗ ਨੇ ਕੀ ਕੀਤਾ ਉਸ ਰੀਜਨਿੰਗ ਨੇ ਮੇਰੇ ਵਿੱਚ ਸ਼ੰਕਾਵਾਂ ਪੈਦਾ ਕੀਤੀਆਂ ਮੇਰੇ ਵਿੱਚ ਸ਼ੰਕਾਵਾਂ ਪੈਦਾ ਕਰਕੇ ਉਸ ਪ੍ਰਭੂ ਪਰਮਾਤਮਾ ਤੋਂ ਦੂਰੀ ਬਣਾਈ ਅਕਾਲ ਪ੍ਰਭੂ ਤੋਂ ਦੂਰੀ ਹੋ ਗਈ ਉਸ ਦੂਰੀ ਨੇ ਮੈਨੂੰ ਗੁਰੂ ਘਰ ਅਗੇ ਸਮਰਪਣ ਨਾ ਰੱਖਿਆ ਤੇ ਮੇਰੇ ਵਿੱਚ ਹੰਕਾਰ ਦੀ ਟੀਸੀ ਵੀ ਵੱਧ ਗਈ ਉਹ ਹੰਕਾਰ ਦੀ ਟੀਸੀ ਮੈਨੂੰ ਕੀ ਸਮਝਾਉਂਦੀ ਹੈ ਕਿ ਜੋ ਕੁਝ ਮੈਂ ਕਰ ਰਿਹਾ ਮੈਂ ਆਪ ਕਰ ਰਿਹਾ ਜੋ ਕੁਝ ਮੈਂ ਦੇ ਰਿਹਾ ਉਹ ਮੈਂ ਆਪ ਦੇ ਰਿਹਾ ਜੋ ਕੁਝ ਮੇਰੇ ਤੋਂ ਹੋ ਰਿਹਾ ਉਹ ਮੇਰੀ ਸਮਸਾ ਨਾਲ ਹੋ ਰਿਹਾ ਮੈਂ ਬੜਾ ਸਿਆਣਾ ਪਰ ਜਿਸ ਵੇਲੇ ਗੁਰਦਸਪੁਰ ਕੋਲ ਨਾਨਕidev ji ਦੀ ਇਸ ਪੋੜੀ ਨੂੰ ਪੜਦੇ ਆਂ ਜੋਲੇ ਪੌੜੀ ਪੜਦੇ ਆ ਭਾਵੇਂ ਸਮੁੱਚੇ ਗੁਰਗੰਨ ਸਾਹਿਬ ਦੇ ਵੀ ਇਸ ਗੱਲ ਤੇ ਜੋੜ ਦਿੱਤਾ ਗਿਆ ਕਿ ਸਬਕੋ ਇਸ ਸੰਸਾਰ ਨੂੰ ਚੜਾਉਣ ਵਾਲਾ ਕਾਰਵਿਹਾਰ ਨੂੰ ਵਿਹਾਨ ਵਾਲਾ ਉਹ ਅਕਾਲ ਪੁਰਖ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਪਤੀ ਸਾਹਿਬ ਜੀ ਦੀ ਇਹਨਾਂ ਪਾਵਨ ਪੌੜੀਆਂ ਵਿੱਚ ਹਰ ਇੱਕ ਮਨੁੱਖ ਨੂੰ ਹਰ ਇੱਕ ਵਿਸ਼ੇ ਨਾਲ ਜੋੜਿਆ ਹੈ ਹਰ ਇੱਕ ਵਿਸ਼ੇ ਦੀ ਗੱਲ ਕੀਤੀ ਹੈ ਉਹ ਵਿਸ਼ੇ ਦੀ ਗੱਲ ਕੀ ਹੈ ਕਿ ਉਸ ਪ੍ਰਭੂ ਬਗੇ ਸਾਰਾ ਸਮਰਪਣ ਹੈ ਜੋ ਕੁਝ ਕਰਨ ਵਾਲਾ ਹੈ ਜੋ ਕੁਝ ਦੇਣ ਵਾਲਾ ਹੈ ਉਹ ਅਕਾਲ ਪੁਰਖ ਆਪ ਹੈ ਜਦ ਅਸੀਂ ਪੰਚਮ ਬਾਦਸ਼ਾਹ ਦਾ ਇਸ਼ਾਵਤ ਅਸੀਂ ਕਿੰਨੀ ਵਾਰੀ ਪੜਦੇ ਵੀ ਹਾਂ ਤੇ ਹੁਕਮਨਾਮੇ 'ਚ ਬੜੀ ਵਾਰੀ ਆਉਂਦਾ ਹੈ ਜਿਸ ਵੇਲੇ ਮੇਰੇ ਅੰਦਰ ਇਹ ਗੱਲ ਬਹਿ ਜਾਵੇ ਮੇਰੇ ਅੰਦਰ ਇਹ ਘਰ ਕਰ ਜਾਵੇ ਮੇਰੇ ਅੰਦਰ ਇਹ ਗੁਰੂ ਦਾ ਸ਼ਬਦ ਵਸ ਜਾਵੇ ਤੇ ਫਿਰ ਕੀ ਹੁੰਦਾ ਫਿਰ ਗੁਰੂ ਪੰਚਮ ਬਾਦਸ਼ਾਹ ਦਾ ਸ਼ਬਦ ਅਸੀਂ ਬੜੀ ਵਾਰੀ ਸੁਣਦੇ ਪੜਦੇ ਹੁਕਮਨਾਮੇ 'ਚ ਰਹਿੰਦੇ ਆ ਤੂੰ ਤੋਂ ਬਿਨ ਦੂਜਾ ਨਹੀਂ ਕੋਈ ਇਹ ਇਕਾਲਪੁਰਖ ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ ਜੋ ਮੇਰੀ ਤਾਨ ਰੱਖ ਸਕਦਾ ਹੋਵੇ ਤੂੰ ਸਭ ਬਖਸ਼ਿਆ ਕਰਨ ਵਾਲਾ ਤੂੰ ਹੀ ਹੈ ਤੂੰ ਕਰਤਾਰ ਕਰੈ ਸੋਈ ਜੋ ਕੁਝ ਤੂੰ ਕਰਨ ਵਾਲਾ ਹੈ ਤੂੰ ਸੰਸਾਰ ਨੂੰ ਰਚਣ ਵਾਲਾ ਹੈ ਤੂੰ ਕਰਤਾ ਰਹੀਂ ਜੋ ਕੁਝ ਕਰਨ ਵਾਲਾ ਹੈ ਉਹ ਤੂੰ ਹੈ ਤੇਰਾ ਜੋਰ ਤੇਰੀ ਮੰਟੇ ਤੇਰੀ ਹੀ اختیار ਹੈ ਤੇਰਾ ਹੀ ਜੋਰ ਚੱਲਦਾ ਜਿਵੇਂ ਅਸੀਂ ਪੜਿਆ ਨਾ ਆਖਣ ਜੋਰ ਚੁਪੇ ਨਾ ਜੋਰ ਤੇਰੇ ਹੀ ਜੋਰ ਚੱਲਦਾ ਹੈ ਤੇਰਾ ਹੀ اختیار ਚੱਲਦਾ ਹੈ ਜੋ ਕੁਝ ਤੂੰ ਕਰਨ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਉਹ ਸਭ ਤੇਰਾ ਜੋਰ ਹੈ ਇਸ ਮਨੁੱਖ ਦੀ ਕੋਈ ਆਪਣੀ ਪਾਇਆ ਨਹੀਂ ਕਿ ਮਨੁੱਖ ਕੁਝ ਆਪਣੇ ਆਪ ਵਿੱਚ ਕਰ ਸਕੇ ਜੋ ਕੁਝ ਕਰਨ ਵਾਲਾ ਹੈ ਜੋ ਕੁਝ ਕਰਨ ਵਾਲਾ ਹੈ ਉਹ ਪਰਮਾਤਮਾ ਤੂੰ ਆਪ ਹੈ ਸਦਾ ਸਦਾ ਜਪ ਨਾਨਕੇ ਤੂੰ ਕੀ ਕਰ ਹੈ ਨਾਨਕ ਗੁਰਸਾਹਿਬ ਜੀ ਬਖਸ਼ਿਸ਼ ਕਰਕੇ ਗੱਲ ਸਮਝਾਉਂਦੇ ਹਨ ਤੂੰ ਹਮੇਸ਼ਾ ਉਸ ਪ੍ਰਭੂ ਦੇ ਨਾਮ ਨਾਲ ਜੁੜਿਆ ਕਰ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਕੇ ਰੱਖ ਉਸ ਪ੍ਰਭੂ ਦੇ ਨਾਮ ਨੂੰ ਹਮੇਸ਼ਾ ਆਪਣੇ ਦਿਲ ਘਰ ਵਿੱਚ ਵਸਾ ਕੇ ਰੱਖੇਗਾ ਫਿਰ ਤੇਰਾ ਵਿਸ਼ਵਾਸੇ ਬਣਿਆ ਰਹੇਗਾ ਕਿ ਜੋ ਕੁਝ ਕਰਨ ਵਾਲਾ ਇਸ ਸੰਸਾਰ ਵਿੱਚ ਹੈ ਜੋ ਕੁਝ ਮੇਰੇ ਤੇ ਵਰਤ ਰਿਹਾ ਹੈ ਉਹ ਸਭ ਕੁਝ ਪਰਮਾਤਮਾ ਤੂੰ ਆਪ ਕਰਨ ਵਾਲਾ ਹੈ ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਇਹ ਗੱਲ ਸਾਨੂੰ ਸਮਝਾਉਂਦੇ ਹਨ ਸਭ ਉੱਪਰ ਪਾਰ ਬ੍ਰਹਮ ਦਾਤਾ ਸਾਰਿਆਂ ਤੋਂ ਉੱਪਰ ਸਰਵ ਸ੍ਰੇਸ਼ਟ ਅਗਲੇ ਸੰਸਾਰ ਵਿੱਚ ਕੋਈ ਹੈ ਜੋ ਪਾਰ ਬ੍ਰਹਮ ਦਾਤਾ ਹੈ ਜੋ ਬਖਸ਼ਾ ਕਰਨ ਵਾਲਾ ਹੈ ਜੋ ਦਾਤਾ ਬਖਸ਼ਣ ਵਾਲਾ ਹੈ ਨਾ ਮੇਰਾ ਮੰਗਣ ਵਿੱਚ ਜੋਰ ਹੈ ਨਾ ਮੇਰਾ ਦੇਣ ਵਿੱਚ ਜੋਰ ਹੈ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਪਰਮਾਤਮਾ ਆਪ ਹੈ ਇਸ ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਤੇਰੀ ਟੇਕ ਤੇਰਾ ਆਧਾਰ ਤੇਰੀ ਹੀ ਮੈਨੂੰ ਆਸਰਾ ਹੈ ਤੇਰਾ ਹੀ ਮੇਰਾ ਆਧਾਰ ਮੇਰੇ ਜੀਵਨ ਦਾ ਆਧਾਰ ਤੇਰੀ ਟੇਕ ਤੇਰਾ ਹੀ ਸਭ ਕੁਝ ਸੰਸਾਰ ਵਿੱਚ ਵਰਤ ਰਿਹਾ ਮੈਨੂੰ ਤੇਰਾ ਹੀ ਆਸਰਾ ਹੈ ਅਗਲੀ ਪੰਨਤੀ ਅਸੀਂ ਕਈ ਵਾਰੀ ਸੁਣਦੇ ਪੜਦੇ ਰਹਿੰਦੇ ਆਂ ਕਈ ਵਾਰੀ ਅਸੀਂ ਤੇ ਪਰੇਖਾ ਵੀ ਖਾ ਜਾਂਦੇ ਆਂ ਇਸ ਨੂੰ ਪੜਨ ਲੱਗਿਆਂ ਥੋੜਾ ਧਿਆਨ ਨਾਲ ਪੜਨਾ ਹੁੰਦਾ ਹੈ ਹੈ ਤੂੰ ਹੈ ਤੂੰ ਹੋ ਬਨਹਾਰ ਕਈ ਵਾਰੀ ਅਸੀਂ ਦੇਖਦੇ ਆਂ ਜਾਨੇ ਵਿੱਚ ਅਸੀਂ ਇਹ ਪਾਠ ਕਰ ਲਗਿਆਂ ਇਸ ਤਰ੍ਹਾਂ ਵੀ ਪੜ ਜਾਂਦੇ ਆਂ ਹੈ ਤੂੰ ਹੈ ਤੂੰ ਹੋ ਬਨਹਾਰ ਫਿਰ ਅਰਥਾਂ ਵਿੱਚ ਨਿਰਅਰਥ ਹੋ ਜਾਂਦਾ ਹੈ ਇਹਨੂੰ ਪੜਨ ਲੱਗਿਆਂ ਇਹ ਗੱਲ ਬੜੀ ਧਿਆਨ ਨਾਲ ਪੜ੍ਹਨੀ ਹੁੰਦੀ ਹੈ ਹੈ ਤੂੰ ਹੈ ਤੂੰ ਹੋ ਵਣਹਾਰ اے ਅਕਾਲਪੁਰਖ اے ਪ੍ਰਮਾਤਮਾ ਤੂੰ ਹੈ ਸੇ ਤੂੰ ਹੁਣ ਵੀ ਹੈ ਤੂੰ ਅੱਗੇ ਵੀ ਰਵੇਂਗਾ ਤੇਰੀ ਸਮਰੱਥਾ ਹਮੇਸ਼ਾ ਇਸ ਸੰਸਾਰ ਵਿੱਚ ਬਣੀ ਰਹਿੰਦੀ ਹੈ ਜੇ ਤੂੰ ਸੰਸਾਰ ਵਿੱਚ ਇਸ ਮਨੁੱਖ ਨੇ ਆਪਣੇ ਜੀਵਨ ਨੂੰ ਸੁਖੈਨ گزارਣਾ ਹੋਵੇ ਤੇ ਸੁਖੈਨ گزارਣ ਦੇ ਲਈ ਉਸ ਨੂੰ ਕੀ ਹੈ ਕਿ ਉਸ ਪ੍ਰਮਾਤਮਾ ਦੀ ਟੇਕ ਵਿੱਚ ਰਵੇ ਉਸ ਪ੍ਰਮਾਤਮਾ ਦੇ ਨਾਮ ਨੂੰ ਅਕਾਲਪੁਰਖ ਦੇ ਨਾਮ ਨੂੰ ਆਪਣੇ ਆਧਾਰ ਬਣਾ ਲਵੇ ਆਪਣੇ ਜੀਵਨ ਦਾ ਆਧਾਰ ਬਣਾ ਲਵੇ ਤੇ ਫਿਰ ਇਹ ਗੱਲ ਉਹਦੇ ਮਨ ਵਿੱਚ ਆ ਬਣੇ ਕਿਸੀ ਕੋਈ ਕੋਈ ਮੰਜ ਨਮਾਣੀ ਇਕ ਤੋਂ ਕਿਸੇ ਨੂੰ ਕੋਈ ਆਸਰਾ ਹੋਏਗਾ ਕਿਸੇ ਨੂੰ ਕੋਈ ਜੋਰ ਹੋਏਗਾ ਕਿਸੇ ਨੂੰ ਕਿਸੇ ਦਾ ਕੋਈ ਨਾ ਕੋਈ ਵਿੱਚ ਮੇਰੇ ਦਿਲ ਘਰ ਵਿੱਚ ਮੇਰੇ ਜੀਵਨ ਵਿੱਚ ਅਗਰ ਮੈਨੂੰ ਕਿਸੇ ਦੀ ਆਸ ਹੈ ਤੇ ਉਹ ਕੀ ਹੈ ਕਿਸੇ ਕੋਈ ਕੋਈ ਮੰਜ ਨਮਾਣੀ ਇਕ ਮੈਨੂੰ ਸਿਰਫ ਨਾ ਸਿਰਫ ਟੇਕ ਕਿਸ ਦੀ ਹੈ ਉਸ ਪਰਮਾਤਮਾ ਦੀ ਟੇਕ ਹੈ ਮੈਂ ਤੇਰੇ ਅੱਗੇ ਸਾਰਾ ਕੁਝ ਆਪਣੇ ਸਮਰਪਣ ਕਰਦਾ ਕਿਉਂ ਨਾ ਮਰੀਜੇ ਰੋਏ ਜਾਣ ਲੱਗ ਚਿੱਤ ਨਾ ਆਵੇ ਮੈਂ ਤੇਰੇ ਅਗੇ ਕਿਉਂ ਨਾ ਆਪਣੇ ਆਪ ਦਾ ਸਮਰਪਣ ਕਰ ਦਵਾਂ ਕਿਉਂ ਨਾ ਆਪਣੇ ਆਪ ਨੂੰ ਸਰੈਂਡਰ ਕਰ ਦਵਾਂ ਕਿਉਂਕਿ ਮੈਨੂੰ ਸਿਰਫ ਟੇਕ ਤੇਰੀ ਹੈ ਮੈਨੂੰ ਤੇਰੀ ਟੇਕ ਦੇ ਆਸਰੇ ਮੈਂ ਆਪਣੇ ਜੀਵਨ ਬਿਤਾ ਸਕਦਾ ਤਾਂ ਗੁਰੂ ਸਾਹਿਬ ਜੀ ਨੇ ਅੱਜ ਦੇਸ਼ ਪਾਵਨ ਪੋੜੀ ਦੇ ਵੀ ਸਾਨੂੰ ਇਹ ਗੱਲ ਸਮਝਾਈ ਕਿ ਆਖਨ ਜੋਰ ਚੁਪੈ ਨਾ ਜੋਰ ਪੂਰੀ ਪੋੜੀ ਪੜ ਕੇ ਦੇਖੀਏ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਮਨੁੱਖ ਦਾ ਆਪਣਾ اختیار ਆਪਣੇ ਜੀਵਨ ਵਿੱਚ ਜੋ ਕੁਝ ਵੀ ਵਰਤ ਰਿਹਾ ਉਸ ਆਕਾਰਪੁਰਖ ਦੀ ਦਾਤ ਨਾਲ ਬਖਸ਼ ਰਿਹਾ ਅੱਜ ਦਾ ਜੋ ਪਾਵਨ ਦਿਨ ਜਿਸ ਨੂੰ ਅਸੀਂ ਮਨਾਣ ਲਈ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਵੀ ਕੀਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨਾਲ ਜੁੜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਵਿੱਚ ਹੁੰਦਾ ਹੈ ਤੇ ਦੇਖੋ 11 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ ਇੱਕ ਪਾਸੇ ਪਿਤਾ ਦਾ ਸ਼ਹੀਦ ਹੋ ਜਾਣਾ ਦੂਜੇ ਪਾਸੇ 11 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਤੇ ਗੁਰੂ ਦੇ ਕਾਰੇ ਦੇਖੋਗੇ ਕੀ ਹੈ ਸਾਡੇ ਮਹੱਲੇ ਵਿੱਚ ਵੈਸੇ ਕਿਸੇ ਨੂੰ ਕੋਈ ਉੱਚ ਨਹੀਂ ਚੋ ਜਾਵੇ ਨਾ ਭਾਵੇਂ ਉੱਥੇ ਆ ਕੇ ਪੁਲਿਸ ਫੋਰਸ ਵੀ ਲੱਗ ਜਾਵੇ ਤੇ ਅਸੀਂ ਕਈ ਮਹੀਨੇ ਉਸ ਰਸਤੇੋਂ ਨਿਕਲਦੇ ਨਹੀਂ ਹਾਂ ਤੇ ਜਿਸ ਵੇਲੇ ਪਿਤਾ ਦੀ ਸ਼ਹੀਦੀ ਹੋ ਜਾਵੇ ਗੁਰੂ ਪਿਤਾ ਦੀ ਸ਼ਹੀਦੀ ਹੋ ਜਾਵੇ ਤੇ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਵੇ ਤੇ ਦੇਖੋ ਗੁਰੂ ਦੀ ਬੁਲੰਦੀਆਂ ਕੀ ਸੰ ਗੁਰੂ ਦੀਆਂ ਉਚਾਈਆਂ ਕੀ ਸੰ ਪੂਰੀ ਕੌਮ ਨੂੰ ਬੁਲੰਦੀਆਂ ਵੱਲ ਲੈ ਕੇ ਜਾਣਾ ਅਗਰ ਕਿਸੇ ਨੇ ਰਾਜਨੀਤਿਕ ਪਛੋਕਰ ਸਿੱਖਣਾ ਹੋਵੇ ਨਾ ਤੇ ਗੁਰੂ ਅਰਗੁਨ ਸਾਹਿਬ ਜੀ ਦੇ ਜੀਵਨ ਨੂੰ ਕੋਕੇ ਦੇਖਣਾ ਪੈਂਦਾ ਅੱਜ ਅਸੀਂ ਕਿਉਂ ਰਾਜਨੀਤੀ ਤੋਂ ਮਾਰ ਖਾਈ ਜਾਂਦੇ ਹਾਂ ਕਿਉਂਕਿ ਅਸੀਂ ਗੁਰੂ ਅਰਗੁਨ ਸਾਹਿਬ ਦੇ ਜੀਵਨ ਤੋਂ ਸਿੱਖ ਨਹੀਂ ਲਈ ਗੁਰੂ ਅਰਗੁਨ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਨਹੀਂ ਲਈ ਇੱਕ ਪਾਸੇ ਮੁਗਲ ਸਰਕਾਰ ਹੋਵੇ ਤੇ ਵੈਰੀ ਹੋਵੇ ਤੇ ਦੂਜੇ ਪਾਸੇ ਥੋੜੀ ਜਿਹੀ ਮਾਤ ਹੋਵੇ ਤੇ ਗੁਰੂ ਪਿਤਾ ਦੀ ਸ਼ਹੀਦੀ ਹੋ ਜਾਵੇ ਤੇ 11 ਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਵੇ ਤੇ 1608 ਦੇ ਵਿੱਚ ਇਤਨਾ ਵੱਡਾ ਲੋਕਿਕ ਕਾਰਾ ਕਰਨਾ ਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਲੈਣ। 100 ਮੀਟਰ ਦੀ ਦੂਰੀ ਤੇ ਦਰਬਾਰ ਸਾਹਿਬ ਜੀ ਸਾਰੀ ਹੈ। ਕਹੋ ਅੱਜ ਵੀ ਜਾ ਕੇ ਦੇਖ ਲਈ ਅਸੀਂ ਕਿ ਲੋੜ ਪੈ ਗਈ ਹੋਣੀ ਹੈ ਗੁਰੂ ਅਰਜਨ ਸਾਹਿਬ ਜੀ ਨੂੰ ਅਕਾਲ ਤਖਤ ਦਾ ਥਾਲਾ ਬਣਾਉਣ। ਪਰ ਇਹ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਸੀ। ਕਿ ਰਾਜਨੀਤਿਕ ਸ਼ਕਤੀ ਨੂੰ ਕਿਵੇਂ ਬਹਾਲ ਰੱਖਣਾ ਹੈ? ਉਹ ਕੌਨ ਦਾ ਸਖਤ ਕਿਵੇਂ ਕਾਇਮ ਹੋਇਆ ਇਹ ਪਰੇਨਾ ਦੇ ਸ਼ੁਰੂ ਤੋਂ ਔਰ ਜਿਸ ਵੇਲੇ ਗੁਰੂ ਅਰਗੁਨ ਸਾਹਿਬ ਆਪਣੇ ਦੌਰਿਆਂ ਤੇ ਜਾਣ ਲੱਗੇ ਬਹੁਤ ਸਾਰੇ ਉਸ ਵੇਲੇ ਲੋਕਾਂ ਨੇ ਭਲੇਖੇ ਵੀ ਖਾਧੇ ਕਿ ਗੁਰੂ ਨਾਨਕ ਦਾ ਕਰ ਫਕੀਰ ਦਾ ਕਰ ਸੀ ਤੇ ਗੁਰੂ ਅਰਗੁਨ ਸਾਹਿਬ ਜੀ ਨੇ ਦੋ ਤਲਵਾਰਾਂ ਵੀ ਪਾ ਲਈਆਂ ਦੋ ਤਲਵਾਰਾਂ ਕੀ ਸਨ ਇੱਕ ਰੱਖਿਆ ਕਰੇਗੀ ਗਰੀਬ ਦੀ ਇੱਕ ਜ਼ੁਲਮ ਨਾਲ ਟਕਰਾਈਗੀ ਇਹ ਗੁਰੂ ਅਰਗੁਨ ਸਾਹਿਬ ਵਾਸਤੇ ਦੇਸਾਂ ਨੂੰ ਮਿਲਿਆ ਤੇ ਉਹਨਾਂ ਲੋਕਾਂ ਨੇ ਭਲੇਖੇ ਵੀ ਖਾਧੇ ਤੇ ਗੁਰੂ ਅਰਗੁਨ ਸਾਹਿਬ ਜੀ ਨੇ ਉਹਨਾਂ ਨੂੰ ਕਮਾਲ ਜਵਾਬ ਹੀ ਦਿੱਤੇ ਔਰ ਉਹ ਜਵਾਬ ਲੈ ਕੇ ਸਮਰਤ ਰਾਮਦਾਸ ਮਹਾਰਾਸ਼ਟਰਾ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੜਵਾਲ ਵਿੱਚ ਮਿਲਦਾ ਹੈ ਸਿਰਨਗਰ ਗੜਵਾਲ ਜਿਹੜਾ ਭੋਰੀ ਗੜਵਾਲ ਉੱਥੇ ਮਿਲਦਾ ਹੈ ਉੱਥੇ ਜਿਹੜੇ ਗੁਰੂ ਅਰਗੁਨ ਸਾਹਿਬ ਦਾ ਲਵ ਲਸ਼ਕਰ ਦਿਖਦਾ ਹੈ ਹੈਰਾਨ ਹੋ ਜਾਂਦਾ ਹੈ ਸਵਾਲ ਕਰਦਾ ਹੈ ਤੇ ਗੁਰੂ ਅਰਗੁਨ ਸਾਹਿਬ ਜਵਾਬ ਦਿੰਦੇ ਹਨ ਸੁਣੋ ਉਸ ਜਵਾਬ ਨੂੰ ਲੈ ਕੇ ਉਹ ਮਹਾਰਾਸ਼ਟਰਾ ਗਿਆ ਮਰਾਠਿਆਂ ਦਾ ਜਾ ਕੇ ਉਸਤਾਦ ਬਣਿਆ ਸ਼ਵਜੇ ਦਾ ਉਸਤਾਦ ਹੋਇਆ ਸੀ ਸਮਰਤ ਰਾਮਦਾਸ ਪਰ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਗੁਰੂ ਦੀ ਪ੍ਰੇਰਣਾ ਲਈ ਗੁਰੂ ਤੋਂ ਕੋਈ ਸਿੱਖਿਆ ਪ੍ਰਾਪਤ ਕੀਤੀ ਤੇ ਕਿਤਨੇ ਕਿਤਨੇ ਵੱਡੇ ਕਾਰੇ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1855 ਦੇ ਵਿੱਚ ਰੈੱਡ ਕਰਾਸ ਦੀ ਸੁਸਾਇਟੀ ਦਾ ਨਿਰਮਾਣ ਹੋਇਆ ਹੈ ਰੈੱਡ ਕਰਾਸ ਕੀ ਸੀ ਚਲੋ ਅਸੀਂ ਦੇਖਦੇ ਹਾਂ ਨਿਸ਼ਾਨ ਰੈੱਡ ਕਰਾਸ ਦਾ ਨਿਸ਼ਾਨ ਹੁੰਦਾ ਹੈ ਕਿ ਭਾਵੇਂ ਕਿਸੇ ਵੀ ਦੇਸ਼ ਦਾ ਝਗੜਾ ਹੋਵੇ ਕਿਸੇ ਵੀ ਦੋ ਟੜਿਆਂ ਦਾ ਝਗੜਾ ਹੋਵੇ ਤੇ ਰੈੱਡ ਕਰਾਸ ਜਾ ਕੇ ਅਮਰੁਖੀ ਸਹਾਇਤਾ ਕਰਦੀ ਹੈ ਗੁਰੂ ਅਰਗਵਿੰਦ ਸਾਹਿਬ ਦੇ ਜੀਵਨ ਤੇ ਝਾਤ ਮਾਰ ਕੇ ਦੇਖੋ ਜੀ ਗੁਰੂ ਅਰਗਵਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਸਰਕਾਰ ਨੇ ਕੈਦ ਕਰਵਾ ਲੇ ਕੀ ਕਾਰਨ ਬਣਿਆ ਉਹ ਵੱਖਰੇ ਵਿਸ਼ਾ ਹੈ ਲੰਮਾ ਇਤਿਹਾਸ ਹੈ ਪਰ ਜਿਸ ਵੇਲੇ ਛੁੱਟਣ ਦੀ ਵਾਰੀ ਆਈ ਉੱਥੇ ਦਾ ਜੇਲਰ ਹਰदयाल ਜਾ ਕੇ ਕਹਿੰਦਾ ਹੈ ਗੁਰੂ ਅਰਗਵਿੰਦ ਸਾਹਿਬ ਨੂੰ ਕਿ ਤੁਹਾਨੂੰ ਛੁੱਟਣ ਦਾ ਫਰਮਾਨ ਆ ਗਿਆ ਹੈ ਛੁੱਟਣ ਦੇ ਫਰਮਾਨ ਦੇ ਪਿੱਛੇ ਬੜਾ ਵੱਡਾ ਇੱਕ ਪਬਲਿਕ ਮੂਵਮੈਂਟ ਬਣੀ ਪਬਲਿਕ ਉਸ ਜੋਰ ਨੇ ਪਬਲਿਕ ਫੋਰਸ ਨੇ ਗੁਰੂ ਅਰਗਵਿੰਦ ਸਾਹਿਬ ਦੀ ਰਿਹਾਈ ਦੇ ਵਿੱਚ ਜਿਹੜਾ ਅੱਜ ਵੀ ਪਰਬਤ ਫਿਰਿਆਂ ਦਾ ਦੌਰ ਦੇਖਦੇ ਆ ਨਾ ਇਹ ਪਰਬਾਰ ਬਰਬਰੀਆਂ ਦੋਸ ਵੇਲੇ ਸ਼ੁਰੂ ਹੋਇਆ ਸੀ ਕਿੱਥੇ ਗਵਾਲੀਅਰ ਦੇ ਕਿੱਥੇ ਪੰਜਾਬ ਉਸ ਰਸਤੇ ਤੋਂ ਪਰਬਾਰ ਬਰਬਰੀਆਂ ਨਿਕਲ ਕੇ ਜਾਣੀਆਂ ਜਿਵੇਂ ਪਬਲਿਕ ਪ੍ਰੈਸ਼ਰ ਬਿਲਡ ਹੋਇਆ ਤੇ ਸਰਕਾਰ ਨੂੰ ਗੁਰੂ ਅਰਗੁਨ ਸਾਹਿਬ ਨੂੰ ਰਿਹਾ ਕਰਨਾ ਪਿਆ ਰਿਹਾਈ ਦੇ ਆਰਡਰ ਜਾਂਦੇ ਹਨ ਤੇ 1855 ਵੀ ਰੈਡ ਕਲੱਸ ਸੋਸਾਇਟੀ ਬਣਦੀ ਹੈ ਤੇ ਗੁਰੂ ਅਰਗੁਨ ਸਾਹਿਬ ਜੀ ਨੇ ਕਿਸ ਵੇਲੇ ਇਹ ਗੱਲ ਕਹੀ ਕਿ ਨਹੀਂ ਛੁੱਟਣਾ ਨਹੀਂ ਜਦ ਤੱਕ નિર્ਦੋਸ਼ ਨਾ ਲੋਕਾਂ ਨੂੰ ਨਚਰਾਇਆ ਜਾਵੇ ਉਹਨਾਂ 22 ਰਾਜਿਆਂ ਨੂੰ ਬੁੰਝਾ ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਉਥੋਂ ਬਾਹਰ ਨਿਕਲੇ ਤੇ ਉਸ ਸਰਕਾਰ ਨੇ ਇੱਕ ਪਾਬੰਦੀ ਵੀ ਲਾਈ ਕਿ ਭਈ ਜਿਹੜਾ ਤੁਹਾਡੇ ਚੋਲੇ ਨੂੰ ਪਕੜ ਕੇ ਬਾਹਰ ਨਿਕਲ ਜਾਵੇ ਉਹ ਜਾ ਸਕਦਾ ਹੈ ਤੇ ਉਹ ਹਰਦਿਆਲ ਜੇਲਰ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਉਪਾਸ਼ਕ ਸੀ ਕਿਉਂਕਿ ਉਹ ਉਸੇ ਬੜੇ دیਵਾਨ ਲੱਗਦੇ ਅਸਨ ਉਸ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਉਸ ਕਿਲੇ ਵਿੱਚ ਅੱਜ ਵੀ ਜਿਹੜੇ ਕੋਈ ਲੋਕੀ ਗਵਾਲੀਅਰ ਦੇ ਕਿਲੇ ਵਿੱਚ ਦੇਖਣ ਉਸ ਮੋਨੂਮੈਂਟਸ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਉਹਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਵੀ ਹੋਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁੰਝਾ ਕੜੀਆਂ ਵਾਲਾ ਚੋਲਾ ਵੀ ਤੇ ਬੁੰਜਾ ਰਾਜਿਆਂ ਨੂੰ ਰਿਹਾ ਵੀ ਕਰਵਾਇਆ ਇਹ ਸਭ ਤੋਂ ਵੱਡੀ ਜਿਹੜੀ ਅਸੀਂ ਕਹਿੰਦੇ ਆ ਨਾ ਹਿਊਮਨ ਰਾਈਟ ਦੀਆਂ ਗੱਲਾਂ ਕਰਦੇ ਆਂ ਅੱਜ ਲੋਕੀ ਗੱਲਾਂ ਕਰਦੇ ਆਂ ਕਿ ਵਾਰੀ ਸਾਨੂੰ ਸਿਖਾਉਂਦੇ ਆਂ ਕਿ ਭਾਈ ਹਿਊਮਨ ਰਾਈਟ ਹੀ ਹੁੰਦਾ ਸਿੱਖ ਨੂੰ ਹਿਊਮਨ ਰਾਈਟ ਕੌਣ ਸਿਖਾਏਗਾ ਜਿਸ ਦੇ ਰੋਮ-ਰੋਮ ਦੇ ਵਿੱਚ ਹਿਊਮਨ ਰਾਈਟ ਵਸਿਆ ਹੋਵੇ ਜਿਹਦੇ ਗੁਰੂ ਨੇ ਉਸ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਸਾਡਾ ਵਿਚਾਰਕ ਸਾਂਝ ਨਹੀਂ ਸੀ ਵਿਚਾਰਕ ਮਤਭੇਦ ਸੀ ਸਾਡਾ ਤਰਮ ਨਾਲ ਕੋਈ ਵਸਤਾ ਨਹੀਂ ਸੀ ਪਰ ਗੱਲ ਇਨਸਾਨੀਅਤ ਦੀ ਸੀ ਅੱਜ ਵੀ ਸਿੱਖ ਦੇ ਇਨਸਾਨੀਅਤ ਦੀ ਕੋਈ ਗੱਲ ਆ ਬਣਦੀ ਐ ਸਭ ਤੋਂ بڑا ਲੰਬੜਦਾਰ ਸਿੱਖ ਹੁੰਦਾ ਕਿਉਂਕਿ ਸਿੱਖ ਨੂੰ ਵੀ ਗੱਲ ਸਿਖਾਣ ਦੀ ਲੋੜ ਥੋੜੀ ਐ ਕਿ ਤੂੰ ਇਨਸਾਨੀਅਤ ਦਾ ਲੰਬੜਦਾਰ ਹੋਵੇਂਗਾ ਕਿਉਂਕਿ ਗੁਰੂ ਦੇ ਰੋਮ ਰੋਮ ਦੇ ਵਿੱਚ ਉਸ ਗੁਰੂ ਨੇ ਗੁਰੂ ਕੇ ਸਿੱਖ ਦੇ ਵਿੱਚ ਇਹ ਗੱਲ ਆ ਕੇ ਭਰੀ ਐ ਕਿ ਸਿੱਖ ਗੁਰੂ ਦਾ ਹਮੇਸ਼ਾ ਇਨਸਾਨੀਅਤ ਦੇ ਲਈ ਸਭ ਤੋਂ ਪਹਿਲੇ ਮੂਰੇ ਖੜਾ ਰਹੇਗਾ ਸਭ ਤੋਂ ਅਗਲੀ ਪੰਕਤੀਆਂ ਵਿੱਚ ਅਗਰ ਕੋਈ ਦੇਖਦੇ ਆ ਤੇ ਗੁਰੂ ਦਾ ਸਿੱਖ ਖੜਾ ਹੁੰਦਾ ਕਿਉਂਕਿ ਗੁਰੂ ਕੇ ਰੋਮ ਗੁਰੂ ਨੇ ਸਿੱਖ ਦੇ ਰੋਮ-ਰੋਮ ਦੇ ਵਿੱਚ ਗੁਰੂ ਦੇ ਨੇ ਇੱਕ-ਇੱਕ ਅੰਨ ਵਿੱਚ ਸਿੱਖਦੇ ਇਹ ਗੱਲ ਪੜੀ ਹੋਈ ਹੈ ਅੱਜ ਅਸੀਂ ਦੇਖਦੇ ਹਾਂ ਗੁਰੂ ਘਰਾਂ ਵਿੱਚ ਲੰਗਰ ਦੇਖਦੇ ਹਾਂ ਇਹ ਥੋੜੀ ਕੋਈ ਵਿਤਕਰੇ ਨਾਲ ਦੇਖਦੇ ਹਾਂ ਕਿ ਤੁਹਾਨੂੰ ਭਾਈ ਤੂੰ ਕੋ ਆਏਗਾ ਤੈਨੂੰ ਛਕੇਗਾ ਤੈਨੂੰ ਦੇਵਾਂਗਾ ਤੇ ਨਹੀਂ ਛਕੇਗਾ ਅੱਜ ਤੁਸੀਂ ਦੇਖ ਲਓ بڑے-ਬڑے ਅਸੀਂ ਤੀਰਸਤਾਨਾਂ ਦੇ ਜਾ ਕੇ ਦੇਖਦੇ ਹਾਂ ਅਗਰ ਹਿੰਦੁਸਤਾਨ ਦੇ ਵਿੱਚ ਹੀ ਦੇਖ ਲਈਏ ਨਾ ਕੁਝ ਐਸੇ ਧਾਰਮਿਕ ਸਥਾਨ ਵੀ ਹਨ ਜਿਨ੍ਹਾਂ ਧਾਰਮਿਕ ਸਥਾਨਾਂ ਦਾ ਸੋਨਾ ਅਗਰ ਬਾਹਰ ਕੱਢ ਕੇ ਰੱਖਿਆ ਜਾਵੇ ਨਾ ਖਾਲੀ ਰੱਖਿਆ ਜਾਵੇ ਤੇ ਮੇਰਾ خیال ਵਰਲਡ ਦੀ ਸਭ ਤੋਂ ਵੱਡੀ ਜਿਹੜੀ ਇਕਨੋਮਿਕ ਫੇਲ ਹੋ ਜਾਏ ਪਰ ਅੰਦਰ ਲੱਕਰਾਂ ਚ ਬੰਦ ਹੈ ਤੇ ਕਦੀ ਜਾ ਕੇ ਦੇਖ ਲਿਓ ਉਹਦੇ ਚਾਦਾ ਕਾਪੀ ਕੋਈ ਨਹੀਂ ਚ ਦਿੰਦਾ ਹੁਣ ਉਹ ਦੇਣ ਵਾਲੇ ਕੋਣ ਉਹ ਗੁਰੂ ਕੇ ਸਿੱਖੀ ਉਹ ਗੁਰੂ ਕਾ ਕਰੀ ਹੈ ਕਿਉਂਕਿ ਗੁਰੂ ਕੇ ਘਰ ਨੂੰ ਗੁਰੂ ਕੇ ਸਿੱਖਾਂ ਨੂੰ ਉਸ ਗੁਰੂ ਦੀ ਜਨ ਪ੍ਰਾਪਤ ਹੈ ਔਰ ਜਦ ਤੱਕ ਸਿੱਖ ਗੁਰੂ ਦੇ ਉਸ ਬੋਲਾਂ ਨਾਲ ਜੁੜਿਆ ਰਵੇ ਇਹ ਗੱਲ ਆਪਣੇ ਮਨ ਵਿੱਚ ਵਸਾ ਕੇ ਰੱਖੇ ਕਿ ਸਭ ਕੁਝ ਕਰਨ ਵਾਲਾ ਉਹ ਵਕਾਲਪੁਰਖ ਪ੍ਰਭੂ ਪਰਮਾਤਮਾ ਹੈ ਤੇ ਸਿੱਖ ਦੇ ਮਨ ਵਿੱਚ ਫਿਰ ਚੜਦੀ ਕਲਾ ਦੀ ਉਹ ਪਰੰਪਰਾ ਹਮੇਸ਼ਾ ਬਣੀ ਰਹੇਗੀ ਅੱਜ ਦੇ ਇਸ ਪਾਵਨ ਪੋੜੀ ਦੇ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਅਖੀਰਲੀ ਪੰਕਤੀ ਵੀ ਸਾਨੂੰ ਇਹ ਗੱਲ ਸਮਝਾਈ ਹੈ ਜਿਸ ਸਤ ਜੋਰ ਕਰ ਵੇਖਿਆ ਸੋਇ اے ਪ੍ਰਮਾਤਮਾ ਹੈ ਅਕਾਲ ਪੁਰਖ ਤੇਰੇ ਹੱਥ ਵਿੱਚ ਜੋਰ ਹੈ ਤੇਰੇ ਹੱਥ ਵਿੱਚ ਇਕਤਿਆਰ ਹੈ ਤੇਰੇ ਹੱਥ ਵਿੱਚ ਤਾਨ ਹੈ ਤੇ ਨਾਨਕ ਉਤੋਂ ਮਣੀਚਾ ਕੋਈ ਕੋਈ ਕਵੇ ਮੈਂ ਬੜਾ ਸਿਆਣਾ ਬਣ ਗਿਆ ਕੋਈ ਬਵੇ ਮੈਂ ਬੜਾ ਨਿਆਣਾ ਬਣ ਗਿਆ ਕੋਈ ਮੈਂ ਬੋਲਣ ਵਾਲਾ ਬਣ ਗਿਆ ਕੋਈ ਮੈਂ ਨਹੀਂ ਬੋਲਣ ਵਾਲਾ ਬਣ ਗਿਆ ਮੈਨੂੰ ਇਹ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਮੈਂ ਬੜਾ ਸਿਆਣਾ ਹੋ ਗਿਆ ਸਭ ਕੁਝ ਮੈਂ ਆਪਣੇ ਆਪ ਤੇ ਕਰ ਲਿਆ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਨਾਨਕ ਉੱਤਮ ਨੀਚ ਨਾ ਕੋਈ ਇਸ ਸੰਸਾਰ ਵਿੱਚ ਸਭ ਕਿਸੇ ਦੀ ਬਰਾਬਰੀ ਏ ਇਸੇ ਕਰਕੇ ਗੁਰਦੁਆਰਿਆਂ ਦੇ ਵਿੱਚ ਅਸੀਂ ਜਿਹੜਾ ਸਾਰਾ ਲਾਭ ਪ੍ਰਵੇਲ ਕਰਦਾ ਉਹ ਲਾਫ ਇਕੁਐਲਟੀ ਏ ਆਪ ਸਾਰਿਆਂ ਨੂੰ ਆਪ ਜੀ ਸਮਾਂ ਬਖਸ਼ਦੇ ਹੋ ਪ੍ਰਬੰਧਕ ਵੀਰਾਂ ਨੂੰ ਸਮੁੱਚੀ ਸੰਗਤ ਨੂੰ ਤਨ ਤਨ ਸਾਹਿਬਸ਼੍ਰੀ ਗੁਰਗੰਸਾਹਿਬ ਜੀ ਦਾ ਕੋਟਾਨ ਕੋਟਨਵਾਦ ਹੁੰਦਾ ਜੋ ਆਪ ਸਾਨੂੰ ਬਖਸ਼ਿਸ਼ ਕਰਦੇ ਹੋ ਆਪ ਜੀ ਨਾਲ ਕੇ ਵਿਚਾਰਾਂ ਸਾਂਝੀਆਂ ਕਰਦੇ ਆਂ ਉਹ ਸੋਚਦਾ ਸਾਡੀਆਂ ਇਹ ਵਿਚਾਰਾਂ ਕਰਦੇ ਬਹੁਤ ਸਾਰੀਆਂ ਕੁਝ ਐਸੀਆਂ ਗੱਲਾਂ ਜੋ ਕਿਸੇ ਦੇ ਸ਼ਾਨ ਦੇ ਖਿਲਾਫ ਨਿਕਲਿਆ ਹੋਣ ਗੁਰੂ ਅਤੇ ਆਪ ਸਾਰੇ ਬਖਸ਼ਣ ਯੋਗ ਹੋ ਜੇ ਬਖਸ਼ਦੇ ਹੋ ਤੇ ਗੱਜ-ਵੱਜ ਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ